ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਪੰਜਾਬ 'ਚ ਵੱਧ ਰਹੇ ਕਿਸਾਨੀ ਸੰਕਟ ਦੀ। ਮਸਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਲੱਗਦੇ ਨੇ। ਕੀ ਇਸ ਕਿਸਾਨੀ ਬਿਪਤਾ ਦਾ ਕੋਈ ਹੱਲ ਹੈ? ਇਹ ਮਸਲਾ ਆਪਾਂ ਅੱਜ ਵਿਚਾਰਾਂਗੇ, ਇਹਦੇ 'ਤੇ ਤੁਹਾਡੇ ਵਿਚਾਰ ਵੀ ਲਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਆਪਣੀਆਂ ਕਾਲਸ ਛੋਟੀਆਂ ਰੱਖੋ ਤਾਂ ਕਿ ਵੱਧ ਤੋਂ ਵੱਧ ਦਰਸ਼ਕ ਇਸ ਸ਼ੋਅ 'ਚ ਹਿੱਸਾ ਲੈ ਸਕਣ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਕਰੀਬ ਸਾਰੇ ਨੌਰਥ ਅਮਰੀਕਾ 'ਚ ਵੱਸਦੇ ਪੰਜਾਬੀ ਇਸ ਸ਼ੋਅ ਨਾਲ ਜੁੜੇ ਹੋਏ ਨੇ। ਦੂਜੇ ਦੇਸ਼ਾਂ 'ਚ ਅਤੇ ਦੂਜੇ ਮਹਾਂਦੀਪਾਂ 'ਚ ਵੱਸਦੇ ਪੰਜਾਬੀ ਵੀ ਹੌਲੀ ਹੌਲੀ ਇਸ ਸ਼ੋਅ ਨਾਲ ਇੰਟਰਨੈਟ ਦੇ, ਯੂਟਿਊਬ ਦੇ ਅਤੇ IPTV ਦੇ ਜ਼ਰੀਏ ਹੁਣ ਜੁੜ ਰਹੇ ਨੇ। ਉਹਨਾਂ ਸਾਰਿਆਂ ਦਾ ਵੀ ਇਸ ਸ਼ੋਅ 'ਚ ਸਵਾਗਤ ਹੈ। ਅਤੇ ਹੁਣ ਆਉਂਦੇ ਆਪਾਂ ਅੱਜ ਦੇ ਮਸਲੇ 'ਤੇ। ਆਪਾਂ ਪੰਜਾਬ ਦੇ ਕਿਸਾਨਾਂ ਬਾਰੇ ਇਸ ਸ਼ੋਅ 'ਚ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ, ਪਰ ਪੰਜਾਬ 'ਚ ਕਿਸਾਨਾਂ ਦੀ ਅਤੇ ਕਿਸਾਨ ਮਜ਼ਦੂਰਾਂ ਦੀ ਦੋਵੇਂ ਇਕੱਠੇ ਹੀ ਆ, ਉਹਨਾਂ ਨੂੰ ਆਪਾਂ ਅੱਡ ਨਹੀਂ ਕਰ ਸਕਦੇ। ਇਹਨਾਂ ਦੀ ਹਾਲਤ ਇੰਨੀ ਕੁ ਮਾੜੀ ਹੋ ਗਈ ਹੈ ਕਿ ਅਸੀਂ ਇਸ ਮਸਲੇ ਨੂੰ ਦੁਬਾਰਾ ਲਿਆਉਣ ਲਈ ਮਜਬੂਰ ਹੋਏ ਹਾਂ। ਜਿਵੇਂ ਖਾੜਕੂਵਾਦ ਵੇਲੇ ਰੋਜ਼ 2-3 ਲੋਕਾਂ ਦੇ ਮਰਨ ਦੀ ਖਬਰ ਆਉਂਦੀ ਹੁੰਦੀ ਸੀ, ਉਸੇ ਤਰ੍ਹਾਂ ਹੀ ਹੁਣ ਸੜਕ ਹਾਦਸਿਆਂ 'ਚ ਅਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀ ਖਬਰ ਲਗਾਤਾਰ ਹੈੱਡਲਾਈਨਸ ਦੇ ਵਿੱਚ ਆ, ਸੁਰਖੀਆਂ ਦੇ ਵਿੱਚ। ਇਹ ਪੜ੍ਹ ਕੇ ਅਫਸੋਸ ਤਾਂ ਹੁੰਦਾ ਹੀ ਹੈ, ਪਰ ਨਾਲ ਹੀ ਕੋਈ ਨਾ ਕੋਈ ਢੰਗ ਤਰੀਕਾ ਲੱਭਣ ਵਾਸਤੇ ਵੀ ਆਪਾਂ ਮਜਬੂਰ ਹੁੰਦੇ ਹਾਂ, ਸੋਚਦੇ ਹਾਂ ਵੀ ਕੋਈ ਨਾ ਕੋਈ ਇਹਦਾ ਆਫਟਰਆਲ ਕੀ ਹੋ ਸਕਦਾ ਵਾ, ਔਰ ਇਸੇ ਕਰਕੇ ਆਪਾਂ ਇਸ ਮਸਲੇ 'ਤੇ ਚਰਚਾ ਕਰ ਰਹੇ ਹਾਂ। ਮੈਂ ਦੋ ਤਿੰਨ ਦਿਨ ਪਹਿਲਾਂ 1 ਮਈ ਅਤੇ 2 ਨੂੰ ਮੋਗਾ ਅਤੇ ਤਲਵੰਡੀ ਭਾਈ ਫਿਰੋਜ਼ਪੁਰ ਦੇ ਲੰਘੇ ਆ, ਉੱਥੇ ਕਿਸਾਨਾਂ ਨਾਲ ਬੋਲਦਾ ਪੰਜਾਬ ਮੁਹਿੰਮ ਦੇ ਜ਼ਰੀਏ ਸਿੱਧਾ ਵਾਰਤਾਲਾਪ ਜਿਹੜਾ ਵਾ ਉਹ ਕੀਤਾ, ਉਹ ਕਰਕੇ ਵਾਪਸ ਆਇਆ ਵਾਂ। ਇਹ ਵਾਰਤਾਲਾਪ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ, ਪਰ ਮੈਂ ਇਸ ਬਾਰੇ ਜ਼ਿਕਰ ਜਿਹੜਾ ਵਾ ਪਾਰਟੀ ਵੱਲੋਂ ਨਹੀਂ ਕਰ ਰਿਹਾ। ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਵਾਂ ਕਿ ਇਹ ਵਾਰਤਾਲਾਪ ਦੌਰਾਨ ਸਾਨੂੰ ਸ਼ਾਇਦ ਪਹਿਲੀ ਵਾਰੀ ਜਾਂ ਕਿਸੇ ਨੂੰ ਵੀ ਪਹਿਲੀ ਵਾਰੀ ਕਿਸਾਨਾਂ ਦੀ ਹਾਲਤ ਬਾਰੇ ਕਿਸਾਨਾਂ ਤੋਂ ਹੀ ਸੁਣਨ ਨੂੰ ਮਿਲਿਆ। ਬਹੁਤ ਵੱਡੀ ਤਾਦਾਦ ਦੇ ਵਿੱਚ ਦੋਵਾਂ ਥਾਵਾਂ 'ਤੇ ਕਿਸਾਨ ਆਏ, ਉੱਥੇ ਬਹੁਤ ਸਾਰੇ ਚੰਗੇ ਵਿਚਾਰ ਵੀ ਆਏ। ਸਿਰਫ ਜਵਾਨੀ ਕਲਾਮੀ ਨਹੀਂ, ਸੈਂਕੜਿਆਂ ਦੀ ਤਾਦਾਦ 'ਚ ਕਿਸਾਨਾਂ ਨੇ ਲਿਖਤੀ ਰੂਪ 'ਚ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਿਹੜੇ ਮਸਲਿਆਂ 'ਤੇ ਮੁੱਖ ਤੌਰ 'ਤੇ ਵਿਚਾਰ ਹੋਇਆ ਉਹ ਸਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਉਹਨਾਂ ਦੇ ਉੱਤੇ ਚੜ੍ਹੇ ਕਰਜ਼ੇ ਨਾਲ ਸੰਬੰਧਿਤ ਮਸਲੇ, ਮੰਡੀਆਂ 'ਚ ਫਸਲਾਂ ਦਾ ਰੁਲਣਾ ਜਾਂ ਸਹੀ ਸਮੇਂ 'ਤੇ ਉਹਦੇ ਪੈਸੇ ਨਾ ਮਿਲਣੇ, ਹੋਰ ਵੀ ਬਹੁਤ ਸਾਰੇ ਮਸਲੇ ਸਨ ਜਿਹਦੇ 'ਤੇ ਕਿਸਾਨਾਂ ਨੇ ਆਪਣੇ ਜਿਹੜੇ ਆ ਉਹਨਾਂ ਨੇ ਆਪਣੀ ਰਾਏ ਰੱਖੀ, ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਰਕਾਰ ਦੇ ਕਹਿਣ ਦੇ ਬਾਵਜੂਦ ਕਿਸਾਨ ਡਾਈਵਰਸੀਫਿਕੇਸ਼ਨ ਯਾਨੀ ਵਿਭਿੰਨਤਾ ਵੱਲ ਕਿਉਂ ਨਹੀਂ ਜਾ ਰਿਹਾ ਅਤੇ ਉਹ ਕਿਉਂ ਝੋਨੇ ਅਤੇ ਕਣਕ ਦੇ ਚੱਕਰ ਵਿੱਚ ਫਸੇ ਹੋਏ ਆ। ਛੋਟੇ ਕਿਸਾਨਾਂ ਦੀਆਂ ਦਿੱਕਤਾਂ ਅਤੇ ਉਸ ਦੇ ਹੱਲ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰੇ ਹੋਏ, ਬਹੁਤ ਸਾਰੇ ਸੁਜੈਸ਼ਨਸ ਵੀ ਆਏ। ਨਕਲੀ ਬੀ, ਖਾਦਾਂ, ਕੀਟਨਾਸ਼ਕ ਦਵਾਈਆਂ, ਪੈਸਟੀਸਾਈਡਸ ਕਾਰਨ ਲੋਕਾਂ ਵਿੱਚ ਬਹੁਤ ਰੋਸ ਅਤੇ ਗੁੱਸਾ ਵਾ। ਉਹਨਾਂ ਕਿਹਾ ਕਿ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਣਾ ਚਾਹੀਦਾ ਵਾ, ਇਹਦੇ ਕਰਕੇ ਕਿਸਾਨੀ ਜਿਹੜੀ ਆ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਬਰਬਾਦ ਹੋ ਰਹੀ ਆ। ਕੁਝ ਮਸਲੇ ਕਿਸਾਨੀ ਕਿੱਤੇ ਨਾਲ ਸਿੱਧੇ ਤੌਰ 'ਤੇ ਨਹੀਂ ਪਰ ਇਨਡਾਇਰੈਕਟਲੀ ਜੁੜੇ ਹੋਏ ਨੇ, ਔਰ ਜਿਹੜੇ ਫਾਰਮਰਸ ਆ ਉਹਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵਾਸਤਾ ਰੱਖਦੇ ਆ। ਜਿਵੇਂ ਕਿ ਡਿੱਗਦੀ ਟੈਂਦੀ ਸਿੱਖਿਆ ਪ੍ਰਣਾਲੀ, ਸਿਹਤ ਸੇਵਾਵਾਂ ਅਤੇ ਚੱਪੇ 'ਤੇ ਭ੍ਰਿਸ਼ਟ ਅਫਸਰਾਂ ਦਾ ਕਹਿਰ, ਇਹਦੇ ਬਾਰੇ ਬਹੁਤ ਲੋਕਾਂ ਨੇ ਗੱਲ ਕੀਤੀ, ਇਗਜ਼ੈਂਪਲਸ ਦਿੱਤੇ ਉਹਨਾਂ ਨੇ ਵੀ ਸਾਨੂੰ ਕਿਵੇਂ ਲੁੱਟਿਆ ਜਾ ਰਿਹਾ, ਕਿਵੇਂ ਪੈਸੇ ਦੇਣੇ ਪੈਂਦੇ ਆਪਣੇ ਕੰਮਕਾਜ ਕਰਾਉਣ ਵਾਸਤੇ। ਇਹਨਾਂ ਦੋਵਾਂ ਇਲਾਕਿਆਂ ਦੇ ਕਿਸਾਨਾਂ ਵੱਲੋਂ ਬਹੁਤ ਖੁੱਲ੍ਹ ਕੇ ਵਿਚਾਰ ਰੱਖੇ ਗਏ, ਪਰ ਇਸ ਮਸਲੇ 'ਤੇ ਤੁਹਾਡੇ ਕੀ ਵਿਚਾਰ ਨੇ ਅਸੀਂ ਉਹ ਵੀ ਜਾਣਨੇ ਚਾਹੁੰਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਹ ਸਭ ਵਿਚਾਰ ਸੁਣ ਕੇ ਕੋਈ ਢੁਕਵੀਂ ਨੀਤੀ ਘੜੀ ਜਾਏ। ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਉਸ ਕਿਸਾਨ ਦੇ ਚਿਹਰੇ 'ਤੇ ਇੱਕ ਵਾਰ ਫਿਰ ਰੌਹ ਅਤੇ ਰੰਗਤ ਲੈ ਕੇ ਆਈਏ, ਜਿਸ ਕਰਕੇ ਉਸ ਦੀ ਦੁਨੀਆ ਭਰ 'ਚ ਸਦੀਆਂ ਤੋਂ ਕਿਸਾਨ ਦੀ ਜਿਹੜੀ ਆ ਪਛਾਣ ਬਣੀ ਹੋਈ ਆ। ਦੂਜੇ ਇਲਾਕਿਆਂ 'ਚ ਵੀ ਜਾ ਕੇ, ਭਾਵੇਂ ਜੋਰਜੀਆ ਹੋਵੇ, ਭਾਵੇਂ ਕੈਲੀਫੋਰਨੀਆ ਹੋਵੇ, ਭਾਵੇਂ ਬ੍ਰਿਟਿਸ਼ ਕੋਲੰਬੀਆ ਹੋਵੇ, ਉੱਥੇ ਵੀ ਉਹ ਇੰਨਾ ਕਾਮਯਾਬ ਕਿਸਾਨੀ ਦੇ ਮਸਲੇ 'ਤੇ ਕਿਵੇਂ ਹੋ ਰਿਹਾ? ਸੋ ਇਹਦੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂ। ਕੁਝ ਸੱਜਣ ਆਲਰੇਡੀ ਸਾਡੇ ਨਾਲ ਜੁੜ ਗਏ ਆ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਬਹਦਾਰ ਹਰਮੇਲ ਸਿੰਘ ਜੁੱਬਾ ਸਿਟੀ ਤੋਂ। ਹਾਂਜੀ ਸੁਬਹਦਾਰ ਜੀ,
ਹੈਗਾ ਜੀ, ਮਸਲੇ ਕਿਸਾਨਾਂ ਬਾਰੇ ਤਾਂ ਆਪਾਂ ਰੋਜ਼ ਹੀ ਵਿਚਾਰਦੇ ਹਾਂ, ਰੋਜ਼ ਹੀ ਆਪਾਂ ਸੁਣਦੇ ਹਾਂ ਕੀ ਕੀ ਪ੍ਰੋਬਲਮ ਆ। ਅਸੀਂ ਖੁਦ ਕਿਸਾਨਾਂ ਦੇ ਟੱਬਰ ਚੋਂ ਹਾਂ ਜੀ, ਪਰ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਅੱਜ ਜੀ। ਪੰਜਾਬ ਦੇ ਵਿੱਚ ਵੀ ਜਿੰਨੀਆਂ ਵੀ ਪਾਰਟੀਆਂ ਉਹ ਸਾਰੇ ਲੀਡਰ ਆਪਣੇ ਆਪਣੇ ਦਿਖਾਦੇ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਕੋਈ ਇੱਕ ਦੂਜੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ, ਸਭ ਵੱਧ ਚੜ੍ਹ ਕੇ ਕਰ ਰਿਹਾ। ਇੱਥੇ ਕੈਪਟਨ ਸਾਹਿਬ ਆਏ, ਉਹਨਾਂ ਨੇ ਵੀ ਬੜੇ ਦਮਗਜੇ ਮਾਰੇ, ਅਸੀਂ ਇੱਦਾਂ ਕਰਕੇ ਹੁਣ ਉੱਥੇ ਕਨੇਡਾ 'ਚ ਤਾਂ ਉਹਨਾਂ ਦਾ ਬਾਹਰ ਚੱਲਿਆ, ਅਮਰੀਕਾ ਜਾਣਾ ਹੈ ਜੀ। ਅਤੇ ਇੱਦਾਂ ਹੀ ਤੁਹਾਡੀ ਪਾਰਟੀ ਦਾ ਖਹਿਰਾ ਸਾਹਿਬ ਵੀ ਇੱਥੇ ਆਏ ਆ, ਉਹ ਵੀ ਪਾਰਟੀਆਂ ਨਾਲ ਮੀਟਿੰਗ ਕਰਦੇ ਆ, ਉਹ ਵੀ ਆਪਣਾ ਦੱਸਦੇ ਪਏ ਅਸੀਂ ਇੱਦਾਂ ਕਰਾਂਗੇ, ਕਿੱਦਾਂ ਪੰਜਾਬ ਨੂੰ ਅੱਗੇ ਕੱਢਾਂਗੇ। ਅਤੇ ਪਰ ਦੋਹਾਂ ਲੀਡਰਾਂ ਨੇ ਕਿਸੇ ਨੇ ਵੀ ਸਾਬਕਾ ਫੌਜੀਆਂ ਬਾਰੇ ਜਾਂ ਨੌਕਰੀ ਕਰ ਰਹੇ ਫੌਜੀਆਂ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਵੀ ਉਹਨਾਂ ਬਾਰੇ ਸਾਡੀ ਕੀ ਨੀਤੀ ਹੋਊਗੀ, ਕਿੱਦਾਂ ਕਰਾਂਗੇ। ਮੈਂ ਤੁਹਾਡਾ ਮੇਰਾ ਸਵਾਲ ਇਹ ਹੈ ਕਿ ਮੈਂ ਤੁਹਾਡੇ ਸਾਨੂੰ ਸਭ ਤੁਹਾਡੇ ਤੋਂ ਖਾਸ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਨੀਤੀ ਬਣਾਉਣੀ ਹੈ ਪਾਰਟੀ ਦੀ ਜੀ, ਜਿਹਦੇ ਨਾਲ ਮੈਨੀਫੈਸਟੋ ਬਣਨਾ ਹੈ, ਤੁਹਾਡਾ ਕੀ ਵਿਚਾਰ ਹੈ, ਤੁਸੀਂ ਫੌਜੀਆਂ ਬਾਰੇ ਕੀ ਕਰੋਗੇ, ਜਾਂ ਪਹਿਲੇ ਬੰਦਿਆਂ ਪਾਰਟੀਆਂ ਵਾਂਗ ਜਿੱਦਾਂ ਕਾਂਗਰਸ ਹੈ ਜਾਂ ਬੀਜੇਪੀ ਹੈ, ਉਹ ਉਹਨਾਂ ਦੀ ਨੀਤੀ 'ਤੇ ਚੱਲ ਗਏ, ਅਸੀਂ 85 ਸਾਲ ਦੇ ਬਜ਼ੁਰਗਾਂ ਨੂੰ ਡੰਡੇ ਮਾਰੋਗੇ, ਜਾਂ ਉਹਨਾਂ ਦੇ ਧੱਕੇ ਮੁੱਕੇ ਮਾਰੋਗੇ, ਜਾਂ ਤੁਹਾਡੀ ਨੀਤੀ ਕੋਈ ਹੋਰ ਹੋਊਗੀ, ਇਹਦੇ ਬਾਰੇ ਮੈਨੂੰ 2 ਲਫ਼ਜ਼ਾਂ 'ਚ ਦੱਸੋ। ਸੂਬੇਦਾਰ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਕਿਸੇ ਨੂੰ ਡੰਡੇ ਮਾਰੀਏ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਉਹਨਾਂ ਨੀਤੀਆਂ 'ਤੇ ਚੱਲੀਏ। ਅਸੀਂ ਅੱਗੇ ਵੀ ਕਹਿ ਚੁੱਕੇ ਹਾਂ, ਮੈਂ ਕਹਿ ਚੁੱਕਾ, 1 ਰੈਂਕ 1 ਪੈਨਸ਼ਨ ਵਰਗੇ ਮਸਲੇ ਜਿਹੜੇ ਆ ਬਹੁਤ ਪਹਿਲਾਂ ਸੁਲਝਾਏ ਜਾਣੇ ਚਾਹੀਦੇ ਸੀਗੇ। ਮੈਂ ਇਸ ਵੇਲੇ ਕੋਈ ਬਹੁਤੀ ਸਪਸ਼ਟ ਗੱਲ ਤਾਂ ਨਹੀਂ ਕਰ ਸਕਦਾ, ਕਿਉਂਕਿ ਜਿਵੇਂ ਅਸੀਂ ਬੋਲਦਾ ਪੰਜਾਬ ਮੁਹਿੰਮ ਜਿਹੜੀ ਆ ਇਹ ਨੌਜਵਾਨਾਂ ਨਾਲ ਅਤੇ ਕਿਸਾਨਾਂ ਨਾਲ ਸ਼ੁਰੂ ਕੀਤੀ ਆ। ਇਸੇ ਤਰ੍ਹਾਂ ਹੀ ਅਗਲੇ 2-3 ਮਹੀਨਿਆਂ ਦੇ ਵਿੱਚ ਅਸੀਂ ਸਾਬਕਾ ਫੌਜੀ ਐਕਸ ਸਰਵਿਸਮੈਨ ਔਰ ਉਹਨਾਂ ਦੇ ਪਰਿਵਾਰਾਂ ਨਾਲ ਵੀ ਇਸੇ ਤਰ੍ਹਾਂ ਦੀ ਮੁਹਿੰਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਰਨ ਜਾ ਰਹੇ ਹਾਂ। ਮੈਨੀਫੈਸਟੋ ਜਿਹੜਾ ਵਾ ਇਹ ਅਸੀਂ ਤਾਂ ਬਣਾਉਣਾ ਹੀ ਆ, ਪਰ ਇਹ ਲੋਕਾਂ ਦੇ ਕਹਿਣ 'ਤੇ ਬਣਾਉਣਾ ਵੀ ਲੋਕਾਂ ਦੀਆਂ ਕੀ ਐਕਸਪੈਕਟੇਸ਼ਨਸ ਆ, ਉਹਨਾਂ ਦੇ ਕੀ ਵਿਚਾਰ ਨੇ। ਸੋ ਅਸੀਂ ਤੁਹਾਡੇ ਐਕਸ ਸਰਵਿਸਮੈਨ ਦੇ ਵਿਚਾਰ ਲੈ ਕੇ ਹੀ ਜਿਹੜਾ ਮੈਨੀਫੈਸਟੋ, ਚੋਣ ਮਨੋਰਥ ਪੱਤਰ, ਮੈਂ ਉਹਨੂੰ ਚੋਣ ਮਨੋਰਥ ਪੱਤਰ ਐਕਚੁਅਲੀ ਨਹੀਂ ਕਹਿੰਦਾ, ਇਹ ਅਸੀਂ ਇੱਕ ਤਰੀਕੇ ਦਾ ਲੋਕਾਂ ਨਾਲ ਇਕਰਾਰਨਾਮਾ ਕਰਨਾ। ਸੋ ਇਹ ਲੋਕਾਂ ਦੇ ਕਹਿਣ 'ਤੇ ਲੋਕਾਂ ਵੱਲੋਂ ਸੁਜੈਸਟ ਕੀਤੇ ਗਏ ਜਿਹੜੇ ਵਿਊ ਪੁਆਇੰਟਸ ਆ ਉਹਨਾਂ ਦੇ ਬੇਸ 'ਤੇ ਬਣਨਾ। ਇੱਕ ਗੱਲ ਮੈਂ ਇਸ ਵੇਲੇ ਬੜਾ ਕਲੀਅਰਲੀ ਕਹਿ ਸਕਦਾ ਕਿਉਂਕਿ ਉਹਦੀਆਂ ਡਿਟੇਲਸ, ਕਿਉਂਕਿ ਹਾਲੇ ਡਿਟੇਲਸ ਸਾਨੂੰ ਪਤਾ ਹੀ ਨਹੀਂ, ਤੁਸੀਂ ਦੱਸੋਗੇ ਤਾਂ ਅਸੀਂ ਉਹ ਡਿਟੇਲਸ ਮੈਨਸ਼ਨ ਕਰਾਂਗੇ। 1 ਰੈਂਕ 1 ਪੈਨਸ਼ਨ 'ਤੇ ਗੱਲ ਹੋ ਗਈ ਆ ਵੀ ਇਹ ਤਾਂ ਡੈਫੀਨੇਟਲੀ ਬਹੁਤ ਪਹਿਲਾਂ ਇੰਪਲੀਮੈਂਟ ਹੋ ਜਾਣਾ ਚਾਹੀਦਾ ਸੀ। ਹੁਣ ਵੀ ਇਹਦੇ ਜਿਹੜੇ ਥੋੜ੍ਹੇ ਛੋਟੇ ਮੋਟੇ ਜਿਹੜੇ ਰਿੱਕੇ ਆ ਉਹ ਡੈਫੀਨੇਟਲੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਪੰਜਾਬ ਦੇ ਵਿੱਚ ਇੱਕ ਲਿਮਿਟਿਡ ਸਾਡੀ ਜੁਰਿਸਡਿਕਸ਼ਨ ਹੋਊਗੀ, ਇਹ ਕੇਂਦਰ ਦਾ ਮਸਲਾ ਵਾ, ਪਰ ਕੇਂਦਰ 'ਤੇ ਜ਼ੋਰ ਜ਼ਰੂਰ ਪਾਇਆ ਜਾ ਸਕਦਾ ਵਾ। ਜਿਹੜੀ ਵੱਡੀ ਪ੍ਰੋਬਲਮ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ, ਕਿਉਂਕਿ ਮੈਂ ਵੀ ਇੱਕ ਫੌਜੀ ਪਰਿਵਾਰ ਨਾਲ ਸੰਬੰਧਿਤ ਹਾਂ, ਫੌਜੀ ਔਰ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹਾਂ, ਜਿਹੜੀ ਫੌਜੀਆਂ ਦੀ ਔਰ ਫੌਜੀ ਪਰਿਵਾਰਾਂ ਦੀ ਔਰ ਸਰਵਿੰਗ ਫੌਜੀਆਂ ਦੀ ਵੀ, ਸਾਬਕਾ ਫੌਜੀ ਤਾਂ ਹੈ ਹੀ ਆ, ਉਹਨਾਂ ਦੀ ਜਿਹੜੀ ਮਾਣ ਮਰਿਆਦਾ ਜਿਹੜੀ ਡਿੱਗੀ ਹੈ ਨਾ, ਜਿਹਨੂੰ ਅਸੀਂ ਬਰਕਰਾਰ ਨਹੀਂ ਰੱਖਿਆ, ਉਹਨੂੰ ਅਸੀਂ ਦੁਬਾਰਾ ਤੋਂ ਬਰਕਰਾਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਇਹ ਸਾਡਾ ਮਕਸਦ, ਬੇਸਿਕ ਏਮ ਜਿਹੜਾ ਵਾ ਨਾ, ਵਿਜ਼ਨ ਸਾਡਾ ਇਹ ਵਾ, ਉਹਨੂੰ ਕਿਵੇਂ ਕਰਾਂਗੇ ਉਹ ਅਸੀਂ ਤੁਹਾਡੇ ਤੋਂ ਵਿਚਾਰ ਲੈ ਕੇ ਅੱਗੇ ਵਧਾਂਗੇ। ਬਹੁਤ ਬਹੁਤ ਧੰਨਵਾਦ ਸੂਬੇਦਾਰ ਸਾਹਿਬ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਹੈਲੋ, ਸੰਤ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਖੈਰਾ ਸਾਹਿਬ ਸਾਰੇ ਅਮਰੀਕਾ ਦੇ ਵਿੱਚ ਦੌਰਾ ਕਰ ਰਹੇ ਨੇ, ਉਹਨਾਂ ਨੇ ਕਿਸਾਨਾਂ ਬਾਰੇ ਤਾਂ ਦੱਸਿਆ ਕਿ ਅਸੀਂ ਇਸ ਦੀ ਪੂਰੀ ਖੋਜ ਕਰਾਂਗੇ, ਲੋਕਾਂ ਨੂੰ ਬਕਾਇਦਾ ਜੋ ਕੁਛ ਵੀ ਵਿਆਜ ਹੈ ਜਾਂ ਹੋਰ ਆ ਉਹਦੀਆਂ ਸਹੂਲਤਾਂ ਦਾ ਪ੍ਰਬੰਧ ਕਰਾਂਗੇ। ਫਿਰ ਨਾਲ ਇੱਕ ਹੋਰ ਇਸ ਸਵਾਲ ਤੋਂ ਪਰੇ ਹੋਰ ਸਵਾਲ ਉਹਨਾਂ ਨੇ ਖੜਾ ਕੀਤਾ ਕਿ ਕਾਂਗਰਸ ਨੂੰ ਜਦੋਂ ਇਹ ਕਿਹਾ ਗਿਆ ਕਿ ਆਓ ਗੁਰੂ ਸਾਹਿਬ ਦੀ ਬੜੀ ਬੇਅਦਬੀ ਹੋਈ ਹੈ ਅਤੇ ਉਹਦੇ ਬਾਰੇ ਅਪੀਲ ਕਰੀਏ, ਅਤੇ ਉਹਨਾਂ ਨੇ ਇਨਕਾਰ ਕਰ ਦਿੱਤਾ, ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਸਤਿਗੁਰਾਂ ਦੀ ਜੋ ਬੇਅਦਬੀ ਬਾਰੇ ਕੋਈ ਵੀ ਕੰਮ ਨਹੀਂ ਕਰ ਰਹੀ, ਨਾ ਹੀ ਉਹਨਾਂ ਨੇ ਉਹ ਇਕਾਈਆਂ ਵਾਲੇ ਸਰੂਪ ਪ੍ਰਕਾਸ਼ ਕਰਨ ਲਈ ਕੋਈ ਉਪਰਾਲਾ ਕੀਤਾ। ਅਤੇ ਆਮ ਆਦਮੀ ਪਾਰਟੀ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਹਾਲੇ ਤਾਂ ਇਹੋ ਵਿਚਾਰ ਹੈ, ਕਿਉਂਕਿ ਮਾਨ ਸਾਹਿਬ ਤਾਂ ਜਾਂ ਇਸ ਗੱਲ ਦੇ ਉੱਤੇ ਕੁਝ ਇਨਕਾਰੀ ਹੈ ਕਿ ਧਰਮ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ। ਸੋ ਇਹ ਸਵਾਲ ਜਰਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ। ਨਹੀਂ, ਐਗਜੈਕਟਲੀ, ਪਹਿਲਾਂ ਤਾਂ ਆਪਣੀ ਇੰਟਰੋਡਕਸ਼ਨ ਦਿਓ ਜੀ, ਕੌਣ ਬੋਲ ਰਹੇ? ਮੈਂ ਹਾਂ ਦੱਸ ਚੁੱਕਾ ਜੀ, ਮੈਂ ਵਿਨੀਪੁਰ ਤੋਂ ਕੇਵਲ ਸਿੰਘ ਬੋਲ ਰਿਹਾ। ਹਾਂਜੀ, ਸੋ ਤੁਹਾਡਾ ਸਵਾਲ ਇਹ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀ ਦੇ ਵਾਕਿਆ ਹੋਏ ਆ ਉਹਦੇ ਬਾਰੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? ਯੈਸ ਯੈਸ, ਕਿਉਂਕਿ ਖਹਿਰਾ ਸਾਹਿਬ ਨੇ ਹੁਣੇ ਬਿਆਨ ਦਿੱਤਾ ਹੈ ਕਿ
ਕਪਤਾਨ ਸਾਹਿਬ ਨੇ ਤਾਂ ਉਹਨਾਂ ਕੋਲ ਅਸੀਂ ਗਏ ਸੀ ਅਤੇ ਉਹਨਾਂ ਨੇ ਕੋਈ ਇਹਦੇ ਵਿੱਚ ਜਵਾਬ ਨਹੀਂ ਦਿੱਤਾ ਵੀ ਅਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਅਕਾਲੀ ਪਾਰਟੀ ਤਾਂ ਪਹਿਲਾਂ ਹੀ ਇਸ ਗੱਲ ਦੇ ਉੱਤੋਂ ਇਨਕਾਰੀ ਆ ਅਤੇ ਜਾਂ ਉਹ ਕਾਈਆਂ ਵਾਲਾ ਸਰੂਪ ਪ੍ਰਕਾਸ਼ ਕਰ ਲਏ ਤਿਆਰ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਦੇ ਕਹਿਣ 'ਤੇ ਇਹ ਅਕਾਲੀ ਪਾਰਟੀ ਦਾ ਕੀ ਸੰਬੰਧ ਹੈ ਇਹਦੇ ਵਿੱਚ? ਦੇਖੋ ਜੀ, ਆਮ ਆਦਮੀ ਪਾਰਟੀ ਦਾ ਭਾਈ ਸਾਹਿਬ ਬਿਲਕੁਲ ਅਸੀਂ ਕਲੀਅਰ ਰਹਿ ਦਿੱਤੇ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਕਿਸੇ ਵੀ ਹੋਰ ਧਰਮ ਸਥਾਨ ਦੀ ਬੇਅਦਬੀ ਜਿਹੜੀ ਆ ਇਹ ਲੋਕਾਂ ਦੀਆਂ ਭਾਵਨਾਵਾਂ 'ਤੇ ਠੇਸ ਪਹੁੰਚਾਉਣ ਵਾਲੀ ਗੱਲ ਆ, ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਔਰ ਜਿਹਨੇ ਕੀਤਾ ਵਾ ਉਹਨੇ ਇੱਕ ਇਹੋ ਜਿਹਾ ਗੁਨਾਹ ਕੀਤਾ ਜਿਹਨੂੰ ਮਾਫ਼ ਕਰਨਾ ਬਹੁਤ ਮੁਸ਼ਕਿਲ ਹੈ, ਮਾਫ਼ ਨਹੀਂ ਕੀਤਾ ਜਾ ਸਕਦਾ, ਉਹ ਤਾਂ ਮਹਾਰਾਜ ਹੀ ਮਾਫ਼ ਕਰਨ 'ਤੇ ਕਰਨ। ਇਹਦੇ ਵਾਸਤੇ ਪ੍ਰੋਪਰ ਭਾਲ ਹੋਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਾਂ ਨੂੰ ਕਦਮ ਚੁੱਕਣੇ ਚਾਹੀਦੇ ਆ, ਭਾਲ ਹੋ ਕੇ ਜਿਹਨਾਂ ਲੋਕਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਸਜ਼ਾਵਾਂ ਮਿਲਣ ਔਰ ਅੱਗੇ ਤੋਂ ਸਟੈਪਸ ਲੈ ਜਾਣ ਵੀ ਇਹੋ ਜਿਹੇ ਵਾਕਿਆ ਨਾ ਹੋ ਸਕਣ, CCTV ਕੈਮਰੇ ਲੱਗ ਸਕਣ ਜਾਂ ਹੋਰ ਵੀ ਪ੍ਰਬੰਧ ਜਿਹੜੇ ਆ ਉਹ ਪੰਚਾਇਤਾਂ ਦੇ ਨਾਲ ਰਲ ਕੇ, ਪਿੰਡਾਂ ਦੇ ਲੋਕਾਂ ਦੇ ਨਾਲ ਰਲ ਕੇ, ਧਰਮ ਸਥਾਨਾਂ ਦੇ ਜਿਹੜੇ ਇੰਚਾਰਜ ਆ ਉਹਨਾਂ ਨਾਲ ਰਲ ਕੇ ਕਦਮ ਚੁੱਕਣੇ ਚਾਹੀਦੇ ਆ ਇਹਦੇ 'ਤੇ। ਦੇਖੋ ਵੈਸੇ ਤਾਂ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਆ, ਪਰ ਆਹ ਜਿਹੜਾ ਮਸਲਾ ਵਾ ਇਹ ਇੱਕ ਧਰਮ ਨਿਰਪੱਖਤਾ ਦਾ ਮਸਲਾ ਨਹੀਂ ਹੈਗਾ, ਇਹ ਧਰਮ ਨਾਲ ਜੁੜਿਆ ਮਸਲਾ ਵਾ, ਇਹੋ ਜਿਹਾ ਮਸਲਾ ਵਾ ਜਿਹਦੇ ਨਾਲ ਅਸੀਂ ਸਾਰੇ ਸੰਬੰਧਿਤ ਆ, ਔਰ ਇਹ ਰੂਲ ਆਫ ਲਾਅ ਦਾ ਮਸਲਾ ਵਾ। ਸੋ ਡੈਫੀਨੇਟਲੀ ਇਸ ਮਸਲੇ ਦੇ ਉੱਤੇ ਬਹੁਤ ਗੰਭੀਰਤਾ ਨਾਲ ਇਹਨੂੰ ਅਸੀਂ ਲਵਾਂਗੇ, ਔਰ ਉਸ ਤੋਂ ਬਾਅਦ ਅਸੀਂ ਜੇ CCTV ਕੈਮਰੇ ਹਰ ਥਾਂ ਲੱਗ ਜਾਣ ਤਾਂ ਪਤਾ ਲੱਗੂਗਾ ਵੀ ਇਹ ਕੌਣ ਹੈ ਕਰਨ ਵੇਲੇ ਸਭ ਕੁਝ। ਸੋ ਇਸ ਤਰ੍ਹਾਂ ਦੇ ਕਦਮ ਜਿਹੜੇ ਆ ਉਹ ਅਸੀਂ ਚੁੱਕਣ ਬਾਰੇ ਵਿਚਾਰ ਕਰ ਰਹੇ ਹਾਂ। ਕੁਝ ਹੋਰ ਵੀ ਗੱਲ ਕਰਨੀ ਚਾਹੁੰਦੇ ਭਾਈ ਸਾਹਿਬ? ਹਾਂਜੀ, ਜ਼ਰੂਰ ਕਰਨੀ ਚਾਹੁੰਦਾ, ਕਿਉਂਕਿ ਜਿਹੜੇ ਸੁਪਰੀਮ ਕੋਰਟ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਵੀ ਅਪੀਲਾਂ ਹੁੰਦੀਆਂ ਉਹਨਾਂ ਨੂੰ 30-40 ਸਾਲ ਲੱਗ ਜਾਂਦੇ ਆ, ਅਤੇ ਤੁਹਾਡਾ ਉਹਦੇ ਬਾਰੇ ਕੀ ਵਤੀਰਾ ਹੋਏਗਾ? ਕਿਉਂਕਿ SLY ਨਹਿਰ ਦਾ ਮਾਮਲਾ ਤਾਂ ਤੁਸੀਂ ਹੁਣੇ ਲੈ ਆਉਂਦਾ ਕੋਰਟ ਦੇ ਉੱਤੇ, ਪਿੱਛੇ ਜਿਹੜੇ ਸ਼ਹੀਦਾਂ ਦੀਆਂ ਗੱਲਾਂ ਸੀ ਜਾਂ ਹੋਰ ਜਿਹੜੇ ਬੰਦੇ ਇੱਦਾਂ ਦੇ ਕੰਮਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਆ, ਉਹਨਾਂ ਨੂੰ ਇੰਨੇ 25-25-30 ਸਾਲ ਲੱਗਣ ਲਈ ਤੁਸੀਂ ਕੀ ਕਰੋਗੇ? ਜਿਹੜੇ ਪੁਰਾਣੇ ਮਸਲੇ ਆ ਜਿਹਨਾਂ ਨੂੰ 25-25-30 ਸਾਲ ਲੱਗ ਗਏ ਉਹਨਾਂ ਦਾ ਕੀ ਕਰਾਂਗੇ? ਕਿਉਂ ਲੱਗਦੇ ਭਾਈ? ਦੇਖੋ ਇਹ ਜਿਹੜੀਆਂ 25-30 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਰਾਜ ਕਰ ਰਹੀਆਂ ਵਾ, ਵੈਸੇ ਤਾਂ ਇਹ ਉਹਨਾਂ ਨੂੰ ਜਵਾਬਦੇਹੀ ਬਣਨਾ ਵਾ ਵੀ ਉਹ ਜਵਾਬ ਦੇਣ ਵੀ ਉਹਨਾਂ ਨੇ ਇਹ ਸਮਾਂ ਕਿਉਂ ਲਾਇਆ। ਮੇਰਾ ਖਿਆਲ ਇਹ ਸਰਕਾਰਾਂ ਦੀ ਨਲਾਇਕੀ ਸੀ, ਜੇ ਆਪਾਂ ਹਰ ਚੀਜ਼ ਨੂੰ ਟਾਈਮ ਬਾਊਂਡ ਕਰ ਦਈਏ ਵੀ ਆਹ ਮਸਲਾ ਜਿਹੜਾ ਵਾ ਅਗਲੇ 6 ਮਹੀਨਿਆਂ ਦੇ ਵਿੱਚ ਇਹਦੇ 'ਤੇ ਫੈਸਲਾ ਹੋਣਾ ਚਾਹੀਦਾ ਵਾ, ਉਹਦੀ ਅਪੀਲ ਵੀ ਹੋ ਜਾਵੇ ਹੋਰ 3 ਮਹੀਨੇ ਹੋਰ 6 ਮਹੀਨੇ, ਮੇਰਾ ਤਾਂ ਖਿਆਲ ਆ ਵੀ ਇਹ 6 ਮਹੀਨੇ ਤੋਂ ਸਾਲ 1.5 ਸਾਲ ਦੇ ਵਿੱਚ ਸਾਰੇ ਫੈਸਲੇ ਹੋ ਜਾਣੇ ਚਾਹੀਦੇ। ਅਸੀਂ ਅੱਜ ਵੀ ਮੈਂ ਪੜ੍ਹ ਰਿਹਾ ਸੀ ਵੀ ਦਿੱਲੀ ਸਰਕਾਰ ਨੇ, ਕੇਂਦਰ ਸਰਕਾਰ ਨੇ ਕਿਹਾ ਵੀ 2-2 ਲੱਖ ਰੁਪਈਏ ਉਹਨਾਂ ਪਰਿਵਾਰਾਂ ਨੂੰ ਦੇਣੇ ਆ ਜਿਹੜੇ ਪੀੜਿਤ ਆ 1984 ਦੇ। 32 ਸਾਲ ਬਾਅਦ ਅਸੀਂ ਹਾਲੀ ਇਸੇ ਮਸਲੇ 'ਤੇ ਅੜੇ ਹਾਂ, ਇਹਦਾ ਮਤਲਬ ਹੈ ਅਸੀਂ ਹੁਣ ਤੱਕ ਇਨਸਾਫ਼ ਹੀ ਨਹੀਂ ਦਿਵਾਇਆ, ਉਹ ਪਰਿਵਾਰ ਦੇ ਵਿਚਾਰੇ ਪੂਰੇ ਹੋ ਗਏ ਬਹੁਤ ਸਾਰੇ ਸੱਜਣ ਜਿਹੜੇ ਆ। ਸੋ ਡੈਫੀਨੇਟਲੀ ਇਹ ਉਹਨਾਂ ਸਰਕਾਰਾਂ ਦੀ ਨਲਾਇਕੀ ਸੀ ਔਰ ਅਸੀਂ ਕੋਸ਼ਿਸ਼ ਕਰਾਂਗੇ ਟਾਈਮ ਬਾਊਂਡ ਜਸਟਿਸ ਸਿਸਟਮ ਨੂੰ ਟਾਈਮ ਬਾਊਂਡ ਕਰਨ ਦੀ। ਇਹਦੇ 'ਚ ਦਿੱਕਤਾਂ ਆਉਣਗੀਆਂ, ਜੱਜ ਘੱਟ ਆ, ਹੋਰ ਵੀ ਦਿੱਕਤਾਂ ਆਉਣਗੀਆਂ, ਪਰ ਸਾਡਾ ਇਹੋ ਜਿਹਾ ਵਿਚਾਰ ਆ, ਇਹਦੇ 'ਤੇ ਅਸੀਂ ਇੱਕ ਨੀਤੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਭਾਈ ਸਾਹਿਬ, ਕੁਛ ਹੋਰ? ਬਸ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਅਸੀਂ ਵਚਨਬੱਧ ਹੈ ਜੀ ਇਹਦੇ 'ਤੇ। ਦੇਖੋ ਸਾਨੂੰ ਦਿੱਲੀ ਦੇ ਵਿੱਚ ਸਿਰਫ 1 ਸਾਲ ਹੋਇਆ ਹਾਲੀ, ਔਰ ਪੰਜਾਬ ਦੇ ਵਿੱਚ ਸਾਡੀ ਸਾਰਿਆਂ ਨੂੰ ਅਪੀਲ ਆ ਵੀ ਉਹ ਆਪਣੀ ਜਿਹੜੀ ਜ਼ਮੀਰ ਦੀ ਆਵਾਜ਼ ਆ ਉਹਦੇ 'ਤੇ ਆਪਣੀ ਮੋਹਰ ਲਾਉਣ। ਸੋ ਇਸ ਕਰਕੇ ਜੇ ਮੌਕਾ ਮਿਲਿਆ ਤਾਂ ਡੈਫੀਨੇਟਲੀ ਅਸੀਂ ਹੋ ਸਕਦਾ ਸਾਰੇ ਮਸਲੇ ਪੰਜਾਬ ਦੇ ਹੱਲ ਨਾ ਕਰ ਸਕੀਏ, ਪਰ ਅਸੀਂ ਵਚਨਬੱਧ ਜ਼ਰੂਰ ਹਾਂ, ਕਮਿਟਮੈਂਟ ਜ਼ਰੂਰ ਹੈ ਉਹ ਮਸਲੇ ਹੱਲ ਕਰਨ ਦੀ। ਮੈਂ ਇਹ ਥੋੜ੍ਹੀ ਜਿਹੀ ਗੱਲ ਪਾਰਟੀ ਵੱਲ ਵੱਧ ਰਹੀ ਆ, ਮੈਂ ਅੱਜ ਥੋੜ੍ਹੀ ਜਿਹੀ ਪਾਰਟੀ ਦੀ ਗੱਲ ਨਹੀਂ ਕਰਨੀ ਚਾਹੁੰਦਾ, ਬੇਸਿਕਲੀ ਆਪਾਂ ਕਿਸਾਨੀ ਦੇ ਮਸਲੇ ਦੀ ਗੱਲ ਕਰਨੀ ਆ। ਕਿਸਾਨੀ ਦੇ ਮਸਲੇ ਜਿਹੜੇ ਆ ਬਹੁਤ ਗੰਭੀਰ ਆ, ਇਹ ਗੱਲ ਨਿਕਲ ਕੇ ਆਈ ਆ ਜਿਹੜੇ ਅਸੀਂ ਮੁਹਿੰਮ ਚਲਾਈ ਆ ਉਹਦੇ ਵਿੱਚ। ਪਾਰਟੀ ਤੋਂ ਹਟ ਕੇ ਆਪਾਂ ਇਹ ਗੱਲ ਕਰਨੀ ਆ ਵੀ ਕੀ ਕਰਨ ਦੀ ਲੋੜ ਆ, ਕਿਉਂਕਿ ਇਹਦੇ ਨਾਲ ਸਿਰਫ ਸਾਨੂੰ ਨਹੀਂ ਸਾਰੀਆਂ ਪਾਰਟੀਆਂ ਨੂੰ ਫਾਇਦਾ ਹੋਊਗਾ ਵੀ ਕੀ ਕੀਤਾ ਜਾ ਸਕਦਾ ਔਰ ਕਿਵੇਂ ਆਪਾਂ ਕਿਸਾਨੀ ਨੂੰ ਦੁਬਾਰਾ ਲੀਹ 'ਤੇ ਪਾ ਸਕਦੇ। ਅਗਲੇ ਕਾਲਰ ਵੱਲ ਵੱਧਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹੈਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਉਪਲ ਬੋਲ ਰਿਹਾ ਨਿਊਯਾਰਕ ਤੋਂ, ਕੀ ਹਾਲ ਚਾਲ? ਹਾਂਜੀ ਹਾਂਜੀ ਉਪਲ ਜੀ, ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਬੜਾ ਵਧੀਆ ਮੁੱਦਾ ਲੈ ਕੇ ਆਏ ਜੀ ਤੁਸੀਂ। ਮੈਂ 3-4 ਗੱਲਾਂ ਕਰਨਾ ਚਾਹੁੰਦਾ। 1947 ਤੋਂ ਪਹਿਲਾਂ ਜੁਆਇੰਟ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 17% ਸੀ ਤੇ ਲੈਂਡ ਹੋਲਡਿੰਗ 60%। ਓਕੇ, ਜਦੋਂ ਪਾਰਟੀਸ਼ਨ ਤੋਂ ਬਾਅਦ ਆਪਣਾ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਸੈਂਟਰ ਦੀ, ਉਹਨੇ ਜਦੋਂ ਲੈਂਡ ਸੀਲਿੰਗ ਲਈ ਆ 17 ਏਕੜ ਜ਼ਮੀਨ ਕਰਤੀ, ਜਿਹੜਾ ਆਮ ਬੜੇ ਸਿੱਖ ਪਰਿਵਾਰ ਸੀਗੇ ਜਿਹਨਾਂ ਦੀ 150-250 ਏਕੜ ਜ਼ਮੀਨ ਸੀਗੀ, ਉਹ ਲੈਂਡ ਹੋਲਡਿੰਗ 17 ਏਕੜ ਉਹਨਾਂ ਨੇ ਜਦੋਂ ਕਰ ਦਿੱਤੀ ਤੇ ਉਹਨਾਂ ਦੇ ਜਿਹੜੇ ਕਿ ਉਹਨਾਂ ਨੇ ਰਿਸ਼ਤੇਦਾਰਾਂ ਦੇ ਨਾਂ ਤੇ ਕਰਾ ਸੀ, ਰਿਸ਼ਤੇਦਾਰ ਉਹਨਾਂ ਦੀ ਜ਼ਮੀਨਾਂ ਹੜਪ ਕਰ ਗਏ। ਔਰ ਜਿਹੜਾ ਇਹ ਮਤਲਬ ਜ਼ਮੀਨ ਆਮ ਕਿਸਾਨ ਦੀ ਇੱਕ ਲੈਂਡ ਹੋਲਡਿੰਗ ਘਟੀ, ਉਹਦਾ ਸਭ ਤੋਂ ਮੇਜਰ ਰੀਜ਼ਨ ਇਹ ਸੀਗਾ ਜਿਹੜੀ ਇਹ ਆਪਣਾ ਜਿਹੜੀ ਸੀਲਿੰਗ ਲਿੱਤੀ ਸੀ। ਔਰ ਇਹ ਅੰਡਰ ਰਸ਼ੀਆ ਦਾ ਪ੍ਰੈਸ਼ਰ ਸੀਗਾ, ਕਮਿਊਨਿਜ਼ਮ ਦਾ ਪ੍ਰੈਸ਼ਰ ਸੀਗਾ, ਇੰਦਰਾ ਗਾਂਧੀ ਤੇ ਨਹਿਰੂ ਤੇ, ਉਹਦੇ ਕਰਕੇ ਲੱਗੀ।
ਤੁਸੀਂ ਮੇਰਾ ਮੈਂ ਆਪਣਾ ਪਾਕਿਸਤਾਨ ਪੰਜਾਬ ਕਾਫੀ ਜਾਣਾ ਰਹਿੰਦਾ ਮੈਂ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜੱਦੀ ਪਿੰਡ ਸ਼ੇਖੂਪੁਰੇ ਗਿਆ ਜੀ। 5 ਪਿੰਡਾਂ ਦੀ ਜ਼ਮੀਨ ਉਹਨਾਂ ਦੀ ਸੀਗੀ, 14,000 ਏਕੜ ਦੀ ਮਾਲਕੀ ਸੀ ਉਹਨਾਂ ਦੀ ਆਪਣੀ, ਔਰ ਇਹਨਾਂ ਦਾ ਇੱਕੋ ਪਰਿਵਾਰ ਨਹੀਂ ਸੀਗਾ, ਬਹੁਤ ਪਰਿਵਾਰ ਸੀਗੇ ਜਿਹਨਾਂ ਦੀ ਮਾਲਕੀ 4,000 ਤੋਂ ਉੱਪਰ ਸੀ, ਔਰ ਇੰਨੀ ਜ਼ਿਆਦਾ ਜ਼ਮੀਨ ਛੱਡ ਕੇ ਮਤਲਬ ਆਪਣਾ ਇੱਕ ਬਹੁਤ ਵੱਡਾ ਲੋਸ 47 'ਚ ਹੋਇਆ। ਉਸ ਤੋਂ ਬਾਅਦ ਫਿਰ ਜਿਹੜੀ ਜ਼ਮੀਨ ਰਹਿ ਗਈ ਉਹ ਕਟੌਤੀਆਂ ਲੱਗਦੇ 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 ਉਹ ਘੱਟ ਹੋ ਗਈ। ਦੂਸਰਾ ਜਿਹੜਾ ਮਸਲਾ ਇਹ ਹੈਗਾ ਜੀ, ਅੱਜ ਤੱਕ ਕਿਸੇ ਸਰਕਾਰ ਨੇ ਕਿਸਾਨ ਬਾਰੇ ਸੋਚਿਆ ਹੀ, ਔਰ ਇਹ ਮਤਲਬ ਆਪਣਾ ਪ੍ਰੋ ਇੰਡਸਟਰੀ ਸਰਕਾਰਾਂ ਰਹੀਆਂ ਸੈਂਟਰ ਦੇ ਵਿੱਚ, ਬਿਕੋਜ਼ ਫੰਡਿੰਗ ਉਹਨਾਂ ਨੂੰ ਹਮੇਸ਼ਾ ਹੋਣਾ ਪੁੱਜ ਰਹੀ ਹੈ, ਕਿਸਾਨ ਗਰੀਬ ਹੋ ਗਿਆ, ਕਿਸਾਨ ਉਹ ਫੰਡਿੰਗ ਨਹੀਂ ਕਰ ਸਕਦਾ ਸੀ। ਔਰ ਇੱਕੋ 47 ਤੋਂ ਪਹਿਲਾਂ ਜਿਹੜੀ ਖਿਜ਼ਰ ਹਯਾਤ ਧਵਾਣਾ ਸੀਗੀ, ਇੱਕ ਆਪਣਾ ਇੱਕ ਕਿਸਾਨਾਂ ਦੀ ਗੌਰਮੈਂਟ ਸੀਗੀ ਜਿਹੜੀ ਮਤਲਬ ਪ੍ਰੋ ਫਾਰਮਰ ਸੀਗੀ, ਔਰ ਉਹਨਾਂ ਨੇ ਜਿੰਨੇ ਵੀ ਕਿਸਾਨਾਂ ਦੇ ਉੱਪਰ ਕਰਦੇ ਸੀਗੇ ਇੱਕੋ ਸਟ੍ਰੋਕ ਦੇ ਵਿੱਚ ਛੋਟੂ ਰਾਮ ਨੇ ਮਾਫ ਕਰ ਦਿੱਤੀ। ਇਹ ਮਤਲਬ ਇਹ ਇਤਿਹਾਸ ਗਵਾਹ ਇਸ ਚੀਜ਼ ਦਾ, ਤੁਸੀਂ ਜਾ ਕੇ ਵੇਖ ਸਕਦੇ ਹੋ। ਦਿਸ ਹੈਪਨਡ ਆਈ ਥਿੰਕ 1945 or 1946, ਇਹ ਰੋਹਤਕ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀਗੇ। ਔਰ ਜਿਹੜਾ ਮੇਨ ਅਸੈਂਸ ਹੈਗਾ, ਇੱਕ ਹੋਰ ਜਿਹੜੀ ਪ੍ਰੋਬਲਮ ਮੈਂ ਦੇਖੀ ਹੈ ਜੀ, ਜਿਹੜਾ ਕਿਸਾਨ ਜਿਹਦੇ ਕੋਲ ਹੁਣ 3 ਏਕੜ 4 ਏਕੜ 5 ਏਕੜ ਜ਼ਮੀਨ ਰਹਿ ਗਈ ਹੈ, ਇਹਦੇ ਖਰਚੇ ਇਹਨੇ ਬਹੁਤ ਜ਼ਿਆਦਾ ਵਧਾ ਲਿਆ। ਇੱਕ ਆਪਣਾ ਇੱਕ ਸੁਪਰਫਿਸ਼ੀਅਲ ਆਪਣਾ ਸਟੈਂਡਰਡ ਆਫ ਲਿਵਿੰਗ ਆਪਣਾ ਇੱਦਾਂ ਦਾ ਰੱਖ ਲਿਆ ਕਿ ਟਰੈਕਟਰ ਵੀ ਹੋਣਾ ਚਾਹੀਦਾ, ਇੱਕ ਸਕੂਟਰ ਵੀ ਹੋਣਾ ਚਾਹੀਦਾ, ਪਰ ਉਹਦੀ ਇਨਕਮ ਇੰਨੀ ਜਨਰੇਟ ਨਹੀਂ ਹੋਣ ਦੀ ਉਸ ਪੈੜੀ 'ਚੋਂ ਵੀ ਉਹ ਮਤਲਬ ਆਪਣਾ ਉਹ ਖਰਚਿਆਂ ਨੂੰ ਜਸਟੀਫਾਈ ਕਰ ਸਕਦੇ। ਫਿਸ਼ੀਕਲ ਰਿਸਪੋਂਸੀਬਿਲਟੀ ਵੀ ਕਿਸਾਨ ਨੇ ਛੱਡ ਦਿੱਤੀ, ਔਰ ਜਿਹੜਾ ਯੰਗ ਜਨਰੇਸ਼ਨ ਆ ਉਹ ਹੱਥੀਂ ਕੰਮ ਕਰਕੇ ਰਾਜੀ ਨਹੀਂ। ਅੱਜ ਦੀ ਡੇਟ ਦੇ ਵਿੱਚ ਉਹ ਬਿਲਕੁਲ 3 ਏਕੜ ਉਹਨੇ ਵੀ ਇੱਕ ਆਪਣਾ ਮਾਈਗ੍ਰੈਂਟ ਭਈਆ ਕੇ ਰੱਖਿਆ ਹੋਇਆ ਕੰਮ ਕਰ ਲਈ। ਸੋ ਵੀ ਹੈਵ ਟੂ ਲੁੱਕ ਐਟ ਫਰੋਮ ਆਲ ਦੀ ਐਂਗਲ, ਤੁਸੀਂ ਇਕੱਲੀ ਸਰਕਾਰ ਨੂੰ ਵੀ ਨਹੀਂ ਕਹਿ ਸਕਦੇ, ਬਟ ਇਟ ਹੈਜ਼ ਟੂ ਬੀ ਪ੍ਰੋਲੋਂਗ ਸਟ੍ਰੈਟਜੀ ਕਰਨੀ ਪਊਗੀ ਤਾਂ ਕਿ ਜਿਹੜਾ ਕਿਸਾਨ ਆ ਉਹਨੂੰ ਪੈਰਾਂ 'ਤੇ ਪਹਿਲਾਂ ਖੜਾ ਕੀਤਾ ਜਾਵੇ। ਜਿਹੜੇ ਕਰਜ਼ੇ 1 ਲੱਖ ਤੋਂ ਲੈ ਕੇ 10 ਲੱਖ ਤੱਕ ਹੈਗੇ ਆ ਉਹ ਕਿਸੇ ਤਰੀਕੇ ਦਾ ਨਾਲ ਜੇ ਕਿਸਾਨਾਂ ਦੇ ਮਾਫ਼ ਹੋ ਜਾਣ ਤਾਂ ਮੇਰੇ ਖਿਆਲ ਕਿਸਾਨ ਦੁਬਾਰਾ ਆਪਣੇ ਪੈਰ 'ਤੇ ਖੜਾ ਹੋ ਸਕਦਾ। ਉਪਲ ਜੀ, 3-4 ਵਿਚਾਰ ਰੱਖੇ, ਬੜੇ ਚੰਗੇ ਵਿਚਾਰ ਆ ਤੁਹਾਡੇ। ਇਹ ਸਹੀ ਗੱਲ ਹੈ ਕਿ ਜਿਹੜੇ ਲੈਂਡ ਸੀਲਿੰਗ ਐਕਟ ਸੀਗੀ ਉਹ ਇੱਕ ਵੈਲ ਥੋਟ ਆਊਟ ਪੋਲਿਸੀ ਨਹੀਂ ਸੀ। ਇਹ ਤਾਂ ਤੁਸੀਂ ਸੋਚ ਰਿਹਾ ਵੀ ਹੁਣ ਵਾਲਾ ਕਿਸਾਨ ਜਿਹਨਾਂ ਨੂੰ 17 ਏਕੜ ਜਾਂ ਜੋ ਵੀ ਲੈਂਡ ਸੀਲਿੰਗ ਦੀ ਲਿਮਿਟ ਸੀਗੀ ਵੀ ਉਹ ਦੇਣੇ ਆ, ਤੁਸੀਂ ਇਹ ਨਹੀਂ ਸੋਚਿਆ ਵੀ 1 ਜਾਂ 2 ਜਾਂ 3 ਜਨਰੇਸ਼ਨ ਤੋਂ ਬਾਅਦ ਉਸ ਕਿਸਾਨ ਦਾ ਕੀ ਹਾਲਤ, ਉਹਦੀ ਕਿਸਾਨ ਦੀ ਕੀ ਹਾਲਤ ਹੋਊਗੀ। ਆਫਟਰ ਆਲ ਹਰ ਜਨਰੇਸ਼ਨ ਦੇ ਨਾਲ ਉਹ ਡਿਵਾਈਡ ਹੋਣੀ ਆ, ਔਰ ਉਹੋ ਹੀ ਹੋਇਆ ਕਿ 3ਜੀ ਜਨਰੇਸ਼ਨ ਦੇ ਵਿੱਚ ਕਿਸਾਨ ਜਿਹੜਾ ਵਾ ਉਹ 5 ਏਕੜ ਤੋਂ ਘੱਟ ਰਹਿ ਗਿਆ, ਕਈ ਜਿਹੜੇ ਆ ਉਹ ਬਿਲਕੁਲ ਬਰਬਾਦ ਹੋ ਗਏ। ਕੁਝ ਲੋਕਾਂ ਨੇ ਹੇਰਾਫੇਰੀ ਕਰਕੇ ਥੋੜ੍ਹੀ ਜਿਹੀ ਬਹੁਤ ਜ਼ਮੀਨ ਬਚਾ ਲਈ, ਉਹ ਥੋੜ੍ਹੇ ਜਿਹੇ ਹਾਲੇ ਵੀ ਸੌਖੇ ਆ। ਲੈਂਡ ਸੀਲਿੰਗ ਐਕਟ ਜਿਹੜੀ ਆ ਇਹ ਬਹੁਤ ਹੱਦ ਤੱਕ ਜ਼ਿੰਮੇਵਾਰ ਆ ਜਿਹੜੀਆਂ ਅੱਜ ਘੱਟ ਜ਼ਮੀਨਾਂ ਲੋਕਾਂ ਦੇ ਕੋਲ ਹੈ। ਹੋ ਸਕਦਾ ਵਾ ਇਹ ਉਸ ਵੇਲੇ ਦਾ ਸੋਸ਼ਲ ਮੇਜਰ ਜਿਹੜਾ ਵਾ, ਜ਼ਰੂਰੀ ਸੋਸ਼ਲ ਮੇਜਰ ਸੀ ਉਸ ਵੇਲੇ ਦਾ, ਲੇਕਿਨ ਇਹਨੇ ਕਿਸਾਨੀ ਐਜ਼ ਅ ਕਿੱਤਾ ਐਜ਼ ਅ ਪ੍ਰੋਫੈਸ਼ਨ ਉਹ ਨਹੀਂ ਰਹਿਣ ਦਿੱਤਾ ਔਰ ਕਿਸਾਨੀ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ, ਔਰ ਉਹਦੇ ਹੌਲੀ ਹੌਲੀ ਅਸਰ ਜਿਹੜਾ ਵਾ ਉਹ ਹੁਣ ਹੋ ਰਿਹਾ ਵਾ। ਅਫਸੋਸ ਦੀ ਗੱਲ ਹੈ ਵੀ ਉਦੋਂ ਦੇ ਲੀਡਰਾਂ ਨੇ ਹਾਂ ਗੱਲ ਕਿਸੇ ਨੂੰ ਕਹੀ ਨਹੀਂ, ਔਰ ਉਦੋਂ ਇਹ ਗੱਲ ਕਿਸੇ ਨੇ ਟੇਕ ਅਪ ਨਹੀਂ ਕੀਤੀ। ਇਹ ਬਿਲਕੁਲ ਸਹੀ ਗੱਲ ਆ ਕਿ ਲੈਂਡ ਸੀਲਿੰਗ ਐਕਟ ਜਿਹੜੀ ਆ, ਜੇ ਉਹਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਵੇ ਉਹਦਾ ਫਾਇਦਾ ਕੀ ਹੋਇਆ ਅਤੇ ਨੁਕਸਾਨ ਕੀ ਹੋਇਆ, ਤਾਂ ਪਤਾ ਲੱਗੂਗਾ ਕਿ ਲੌਂਗ ਟਰਮ ਦੇ ਵਿੱਚ ਉਹਦਾ ਨੁਕਸਾਨ ਹੀ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਪਹਿਲਾਂ ਵੀ ਕਈ ਵਾਰਾਂ 'ਚ ਕਹਿ ਚੁੱਕਾ ਵਾਂ, ਪਰ ਪ੍ਰੋਬਲਮ ਇਹ ਆ ਵੀ ਉਹਨੂੰ ਹੁਣ ਕਈ ਲੋਕ ਆਉਂਦੇ ਜੇ ਇਹਨੂੰ ਰਿਵਰਸ ਕਰ ਦਿਓ, ਹੁਣ ਰਿਵਰਸ ਕਰਨ ਦਾ ਫਾਇਦਾ ਹੀ ਕੋਈ ਨਹੀਂ, ਹੁਣ ਰਿਵਰਸ ਕਰਨ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਕਿਸਾਨ ਹੁਣ ਦੁਬਾਰਾ ਜ਼ਮੀਨ 'ਤੇ ਖਰੀਦ ਨਹੀਂ ਸਕਦਾ, ਉਹ ਤਾਂ ਬਰਬਾਦ ਹੋ ਗਿਆ। ਸੋ ਹੁਣ ਜੇ ਇਹਨੂੰ ਇਸ ਵਾਰ ਰਿਵਰਸ ਕਰਾਂਗੇ ਤਾਂ ਹੁਣ ਜਿਹੜੇ ਕਾਰਪੋਰੇਟ ਹਾਊਸਿਸ ਆ ਉਹਨਾਂ ਨੂੰ ਜ਼ਰੂਰ ਇਹਦਾ ਫਾਇਦਾ ਜਿਹੜਾ ਵਾ ਉਹ ਹੋ ਸਕਦਾ ਵਾ। ਪਰ ਇਹ ਲੈਂਡ ਸੀਲਿੰਗ ਐਕਟ ਬਿਲਕੁਲ ਗਲਤ ਸੀਗੀ, ਜੇ ਅਰਬਨ ਪ੍ਰੋਪਰਟੀ 'ਤੇ ਕੋਈ ਇਹੋ ਜਿਹੀ ਸੀਲਿੰਗ ਨਹੀਂ ਸੀ ਤਾਂ ਫਿਰ ਰੂਰਲ ਪ੍ਰੋਪਰਟੀ 'ਤੇ ਇਹੋ ਜਿਹੀ ਸੀਲਿੰਗ ਕਿਉਂ, ਇਹ ਕਿਸੇ ਨੇ ਪੁੱਛਿਆ ਹੀ ਨਹੀਂ ਉਦੋਂ। ਔਰ ਉਦੋਂ ਜਿਹੜੇ ਕਿਸਾਨੀ ਨੇਤਾ ਸਨ ਉਹਨਾਂ ਵੀ ਬੋਲੇ ਨਹੀਂ, ਕਿਉਂਕਿ ਉਹਨਾਂ ਨੇ ਆਪਣੀਆਂ ਜ਼ਮੀਨਾਂ 'ਤੇ ਸੰਭਾਲੀਆਂ, ਕੋਈ ਨਾ ਕੋਈ ਇੰਤਜ਼ਾਮ ਕਰ ਲਿਆ, ਪਰ ਆਮ ਜਿਹੜਾ ਆਦਮੀ ਆ ਉਹ ਵਿਚਾਰੇ ਕਚਹਿਰੀਆਂ ਦੇ ਚੱਕਰ ਮਾਰਦਾ ਰਿਹਾ, ਪਰਿਵਾਰਾਂ ਨਾਲ ਲੜ ਆਪਸ ਦੇ ਵਿੱਚ ਝਗੜਾ ਪੈ ਗਿਆ, ਰਿਸ਼ਤੇਦਾਰਾਂ ਨਾਲ ਝਗੜੇ ਪੈ ਗਏ, ਔਰ ਫਾਈਨਲੀ ਉਹ ਬਰਬਾਦ ਹੋ ਗਿਆ। ਇਹ ਬਿਲਕੁਲ ਸਹੀ ਤੁਸੀਂ ਕਿਹਾ ਕਿ ਸਰ ਛੋਟੂ ਰਾਮ ਵੇਲੇ ਕੋਈ ਚੰਗੇ ਕਾਨੂੰਨ ਲਿਆਂਦੇ ਗਏ। ਇਹ ਕਾਨੂੰਨ ਉਹਦੇ 'ਚ ਇਹ ਸੀਗਾ ਕਿ ਜ਼ਮੀਨ ਦੀ ਕੁਰਕੀ ਨਹੀਂ ਹੋ ਸਕਦੀ, ਜ਼ਮੀਨ ਜੇ ਕਿਸਾਨ ਦੇ ਉੱਤੇ ਕਰਜ਼ਾ ਹੈ ਫਿਰ ਵੀ ਉਹਦੀ ਕੁਰਕੀ ਨਹੀਂ ਹੋ ਸਕਦੀ। ਇਹ ਬਹੁਤ ਚੰਗਾ ਕਦਮ ਸੀ, ਇੰਟਰਸਟ ਦੇ ਉੱਤੇ ਵਿਆਜ ਦੇ ਉੱਤੇ ਵਿਆਜ ਨਹੀਂ ਲੱਗ ਸਕਦਾ, ਇਹ ਦੂਜਾ ਕਦਮ ਸੀ। ਪਰ ਅਫਸੋਸ ਦੀ ਗੱਲ ਇਹ ਆ ਇਹ ਸਰ ਛੋਟੂ ਰਾਮ ਜਿਹੜੇ ਆ 1945-47 'ਚ ਨਹੀਂ, ਇਹ 1945 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਐਕਚੁਲੀ, ਔਰ ਅਫਸੋਸ ਦੀ ਗੱਲ ਹੈ ਵੀ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਉਸ ਤੋਂ ਬਾਅਦ ਕਿਸੇ ਨੇ ਕਿਸਾਨ ਦੀ ਬਾਤ ਹੀ ਨਹੀਂ ਪੁੱਛੀ। ਇਹ ਉਸ ਤੋਂ ਪਹਿਲਾਂ ਦੀ ਗੱਲ ਆ, ਪਰ ਸਹੀ ਗੱਲ ਹੈ, ਸਹੀ ਕਹਿਣਾ ਵਾ ਵੀ ਉਹਨਾਂ ਦੇ ਵੇਲੇ, ਔਰ ਮੇਰੇ ਖਿਆਲ ਅਸੀਂ
ਉਹੀ ਜਿਹੜੀਆਂ ਪੋਲਿਸੀਜ਼ ਆ ਉਹ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੇਖਦੇ ਹਾਂ ਕਿ ਉਹ ਪੋਲਿਸੀਜ਼ ਕੀ ਲਿਆਉਂਦੀਆਂ ਜਾ ਸਕਦੀਆਂ ਕਿ ਨਹੀਂ ਲਿਆਉਂਦੀਆਂ ਜਾ ਸਕਦੀਆਂ। ਇਹ ਸਾਡੀ ਸਾਡੀ ਜਿਹੜੀ ਆ ਉਹ ਕੋਸ਼ਿਸ਼ ਆ। ਵਾਕਈ ਕੰਪ੍ਰੀਹੈਂਸਿਵ ਪੂਰਨ ਨੀਤੀ ਲਿਆਉਣ ਦੀ ਲੋੜ ਆ। ਇੱਕ ਇੱਕ ਦੋ ਦੋ ਚੀਜ਼ਾਂ ਕਰਕੇ ਨਹੀਂ ਇਹ ਗੱਲ ਬਣਨੀ, ਇੱਕ ਪੂਰਨ ਕਿਸਾਨ ਨੂੰ ਰਿਵਾਈਵ ਕਰਨ ਦੀ, ਕਿਸਾਨੀ ਨੂੰ ਰਿਵਾਈਵ ਕਰਨ ਵਾਸਤੇ ਇੱਕ ਕੰਪ੍ਰੀਹੈਂਸਿਵ ਪੋਲਿਸੀ ਲਿਆਉਣ ਦੀ ਲੋੜ ਹੈ। ਉਪਲ ਜੀ ਬਹੁਤ ਬਹੁਤ ਧੰਨਵਾਦ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ, ਮੈਂ ਭੁਪਿੰਦਰ ਸਿੰਘ ਥਿੰਦ ਬੋਲਦਾ ਜੀ, ਬੇਕਰਫੀਲਡ ਕੈਲੀਫੋਰਨੀਆ ਤੋਂ। ਹਾਂਜੀ ਥਿੰਦ ਸਾਹਿਬ, ਸਵਾਗਤ ਹੈ ਜੀ। ਹਾਂਜੀ ਸੰਤੂ ਸਾਹਿਬ, ਇੱਕ ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਕਾਲਰ ਕਾਲ ਕਰਦੇ ਆ ਨਾ, ਉਹ ਜਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਟੌਪਿਕ ਲੈ ਕੇ ਆਉਂਦੇ ਨਾ, ਉੱਤੇ ਕਾਲ ਕਰਨ, ਮੈਂ ਦੇਖਿਆ ਉਹ ਟੌਪਿਕ ਤੋਂ ਇੱਧਰ ਉੱਧਰ ਗੱਲਾਂ ਕਰਦੇ ਰਹਿੰਦੇ ਆ। ਜੀ ਜੀ ਜੀ, ਮੈਂ ਗੁਜ਼ਾਰਿਸ਼ ਤਾਂ ਕਰਦਾ ਜੀ, ਪਰ ਕਈ ਵਾਰ ਫਿਰ ਕਾਲ ਕਰਕੇ ਕਿਸੇ ਹੋਰ ਗੱਲ 'ਤੇ ਕਰਨ ਲੱਗ ਪੈਂਦੇ ਗੱਲ। ਹਾਂਜੀ ਹਾਂਜੀ, ਦੂਜੀ ਗੱਲ ਜਿਹੜੇ ਕਿਸਾਨਾਂ ਦੇ ਮਸਲੇ ਆ ਨਾ ਜੀ, ਉਹ ਜਿਹੜਾ ਤੁਸੀਂ ਆਪਣਾ ਪ੍ਰੋਗਰਾਮ ਕਰਦੇ ਤੇ ਬੋਲਦਾ ਪੰਜਾਬ, ਉਹ ਕਿਸਾਨ ਆਪਣੇ ਮਸਲੇ ਤੇ ਤੁਹਾਨੂੰ ਦੱਸਣਗੇ, ਤੇ ਮਸਲਿਆਂ ਦਾ ਵੈਸੇ ਵੀ ਮੇਰੇ ਖਿਆਲ ਪਤਾ ਹੀ ਆ, ਗੱਲ ਤੇ ਸੋਲੂਸ਼ਨ ਦੀ ਆ ਵੀ ਉਹਨਾਂ ਦਾ ਸੋਲੂਸ਼ਨ ਕੀ ਹੋਣਾ, ਸੋਲੂਸ਼ਨ ਵੀ ਦੱਸਦੇ ਆ ਜੀ ਉੱਥੇ, ਸੋਲੂਸ਼ਨ ਵੀ ਦੱਸਦੇ ਆ। ਹਾਂਜੀ, ਨਹੀਂ ਨਹੀਂ, ਮੇਰੇ ਹਿਸਾਬ ਨਾਲ ਕਿਸਾਨ ਵਿਚਾਰੇ ਨੇ ਕੀ ਸੋਲੂਸ਼ਨ ਦੱਸਣਾ, ਬਹੁਤਾ ਬਹੁਤਾ ਤੇ ਮਤਲਬ ਜਿਹੜੇ ਐਕਸਪਰਟ ਨੇ ਜਿੱਦਾਂ ਡਾਕਟਰ ਸਰਦਾਰ ਸਿੰਘ ਜੌਹਲ ਹੋਣੀ ਦੱਸਣ ਡੇ ਨੇ ਵੀ ਆਹ ਜਿਹੜੇ ਇੰਨੇ ਇਹ। ਹਾਂਜੀ ਥਿੰਡ ਸਾਹਿਬ, ਤੁਸੀਂ ਹੈਰਾਨ ਹੋ ਗਏ, ਡਾਕਟਰ ਜੌਹਲ ਦੇ ਸੋਲੂਸ਼ਨ ਜਾਂ ਕਾਲਕਟ ਦੇ ਸੋਲੂਸ਼ਨ ਨਾਲੋਂ ਜ਼ਿਆਦਾ ਬਿਹਤਰ ਸੋਲੂਸ਼ਨ ਕਿਸਾਨ ਆਪ ਦੱਸ ਰਹੇ ਆ। ਮੈਂ ਉਹ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਬਹੁਤ ਚੰਗੇ ਸੁਝਾਅ, ਪ੍ਰੈਕਟੀਕਲ ਸੁਝਾਅ ਆਏ ਆ। ਸ਼ਾਇਦ ਅਸੀਂ ਜਿਹੜੇ ਏ ਸੀ ਕਮਰਿਆਂ 'ਚ ਇੱਥੇ ਬੈਠੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਉੱਥੇ ਸੁਝਾਅ ਕੀ ਕਿਵੇਂ ਇਹ ਮਸਲੇ ਸੁਲਝ ਸਕਦੇ। ਹਾਂਜੀ ਨਹੀਂ, ਮੈਂ ਮੇਰੇ ਕਹਿਣ ਦਾ ਭਾਵ ਆ ਵੀ ਇਹ ਮਸਲਿਆਂ ਨੂੰ ਹੱਲ ਕਰਨ ਲਈ ਨਾ ਜਿਹੜੀ ਸਰਕਾਰ ਬਣਨੀ ਆ, ਉਹਨੂੰ ਬੜੇ ਕ੍ਰਾਂਤੀਕਾਰੀ ਕਦਮ ਉਠਾਉਣੇ ਪੈਣਗੇ ਤਾਂ ਉਹਨਾਂ ਦੇ ਮਸਲੇ ਹੱਲ ਹੋਣੇ ਆ। ਠੀਕ ਹੈ, ਬਿਨਾਂ ਕ੍ਰਾਂਤੀਕਾਰੀ ਮਤਲਬ ਸਟੈਪ ਲੈਣ ਤੋਂ ਕਿਸਾਨ ਦਾ ਮਸਲਾ ਨਹੀਂ ਹੱਲ ਹੋਣਾ। ਕੋਈ ਸੁਜੈਸਟ ਕਰਨਾ ਚਾਹੁੰਦੇ ਕੋਈ ਕ੍ਰਾਂਤੀਕਾਰੀ ਸਟੈਪ? ਨਹੀਂ, ਮੈਂ ਤੇ ਮੈਨੂੰ ਤੇ ਜਿਹੜੇ ਡਾਕਟਰ ਸਰਦਾਰ ਸਿੰਘ ਜੌਹਲ ਨੇ ਸੁਝਾਅ ਦੱਸੇ ਉਹਨੂੰ ਬੜੇ ਕੀਮਤੀ ਲੱਗਦੇ ਨੇ, ਕਿਉਂਕਿ ਪਹਿਲੀਆਂ ਸਰਕਾਰਾਂ ਨੂੰ ਇਹ ਸੁਝਾਅ ਦਿੰਦੇ ਰਹੇ ਨੇ, ਉਹਨਾਂ ਦੀ ਨੀਤ ਨਹੀਂ ਸੀ, ਉਹਨਾਂ ਨੇ ਉਹ ਲਾਗੂ ਨਹੀਂ ਕੀਤੇ। ਨਹੀਂ ਜੀ, ਅਸੀਂ ਜੋ ਉਹਨਾਂ ਨੇ ਸੁਝਾਅ ਦਿੱਤੇ ਆ, ਡਾਕਟਰ ਜੌਹਲ ਨੇ, ਡਾਕਟਰ ਕਾਲਕਟ ਨੇ ਔਰ ਹੋਰ ਵੀ ਜਿਹੜੇ ਸੁਝਾਅ ਆਏ ਆ, ਉਹਨਾਂ 'ਤੇ ਆਪਾਂ ਗੌਰ ਕਰਾਂਗੇ। ਪਿੱਛੇ ਜੇ ਸੁੱਚਾ ਸਿੰਘ ਗਿੱਲ ਦਾ ਵੀ ਬਹੁਤ ਅੱਛਾ ਆਰਟੀਕਲ ਸੀਗਾ ਕੁਝ ਅਖਬਾਰਾਂ ਦੇ ਵਿੱਚ, ਉਹ ਤਾਂ ਕਰਾਂਗੇ ਹੀ, ਪਰ ਕਿਸਾਨਾਂ ਤੋਂ ਸਾਨੂੰ ਨਾ ਹਰ ਇਲਾਕੇ ਦੇ ਕਿਸਾਨ ਤੋਂ ਹਰ ਇਸ਼ੂ ਦੇ ਉੱਤੇ ਕੋਈ ਨਾ ਕੋਈ ਬੜਾ ਵਧੀਆ ਕੁਝ ਇਗਜ਼ੈਂਪਲਸ ਵੀ ਆਏ ਆ ਕਿ ਕੋਈ ਕਿਸਾਨ ਜਿਹੜਾ ਵਾ ਉਹ ਝੋਨੇ ਤੋਂ ਹਟ ਕੇ ਉਹਨੇ ਕਿਵੇਂ ਦੋ ਮੱਕੀ ਦੀਆਂ ਫਸਲਾਂ ਕੱਢੀਆਂ, ਉਹਨੂੰ ਕਿਵੇਂ ਕੱਢੀਆਂ ਉਹਨਾਂ ਨੇ, ਕੀ ਉਹਨਾਂ ਨੇ ਸਿਸਟਮ ਟੈਕਨੀਕ ਅਡੋਪਟ ਕੀਤੀ ਵਗੈਰਾ ਵਗੈਰਾ, ਇਹੋ ਜਿਹੀਆਂ ਗੱਲਾਂ ਕਈ ਥਾਵਾਂ 'ਤੇ ਸਾਨੂੰ ਨਿਕਲ ਕੇ ਆਈਆਂ, ਕਿਵੇਂ ਲੋਕਾਂ ਨੇ ਔਰਗੈਨਿਕ ਖੇਤੀ ਦੇ ਵਿੱਚੋਂ ਬਹੁਤ ਕਾਫੀ ਪੈਸਾ ਚੰਗਾ ਕਮਾ ਲਿਆ ਵਗੈਰਾ ਵਗੈਰਾ। ਸੋ ਐਗਜ਼ੈਂਪਲਸ ਵੀ ਅਸੀਂ ਸਾਡੇ ਸਾਹਮਣੇ ਉੱਥੇ ਆਏ ਆ ਔਰ ਇਹੋ ਜਿਹੀ, ਔਰ ਕਈ ਸਬਜ਼ੀਆਂ ਜਿਹੜੇ ਉਗਾ ਰਹੇ ਆ ਉਹ ਕੀ ਸਿਸਟਮ ਉਗਾਉਂਦੇ ਆ। ਅਸੀਂ ਮਲੇਰਕੋਟਲੇ ਦੇ ਮਲੇਰਕੋਟਲੇ ਵੀ ਗਏ ਜਿੱਥੇ ਜਿਹੜੀ ਸਭ ਤੋਂ ਵੱਡੀ ਸਬਜ਼ੀਆਂ ਦੀ ਮਾਰਕੀਟ ਆ, ਉੱਥੇ ਵੀ ਕਿਸਾਨਾਂ ਨੇ ਦੱਸਿਆ ਵੀ ਉਹ ਕੀ ਵਜ੍ਹਾ ਵਾ ਵੀ ਉੱਥੋਂ ਦਾ ਕਿਸਾਨ ਜਿਹੜਾ ਵਾ ਉਹ ਚੰਗੀ ਸਬਜ਼ੀ ਉਗਾ ਸਕਦਾ, ਬਾਕੀ ਨਹੀਂ ਉਗਾ ਸਕਦੇ। ਸੋ ਆਪਾਂ ਨੂੰ ਇੱਕ ਦੂਜੇ ਤੋਂ ਸੀਖ ਲੈ ਕੇ ਮੇਰੇ ਖਿਆਲ ਆਪਾਂ ਨੂੰ ਅੱਗੇ ਵਧਣਾ ਪੈਣਾ ਵਾ। ਬਹੁਤ ਮਿਹਰਬਾਨੀ ਥਿੰਡ ਸਾਹਿਬ, ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਵੀ ਜਿਹੜੇ ਕਿਸਾਨੀ ਨਾਲ ਜੁੜੇ ਇਸ਼ੂਜ਼ ਆ ਉਹਨਾਂ ਨੂੰ ਆਪਾਂ ਕਿਵੇਂ ਰਿਜ਼ੋਲਵ ਕਰਨਾ, ਇਹ ਮਸਲਾ ਇਸੇ ਤਰ੍ਹਾਂ ਹੀ ਆਪਾਂ ਜਾਰੀ ਰੱਖਾਂਗੇ, ਇੱਕ ਇੱਥੇ ਵਿਚਾਰ ਚਰਚਾ ਜਾਰੀ ਰੱਖਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਫਾਰਮਰਸ ਇਸ਼ੂਜ਼ ਦੀ, ਕਿਸਾਨੀ ਦੀ। ਬਹੁਤ ਸਾਰੇ ਕਾਲਰ ਜਿਹੜੇ ਆ ਹੋਲਡ ਕਰ ਰਹੇ ਆ, ਦੇਖਦੇ ਹਾਂ ਉਹਨਾਂ ਦੇ ਕੀ ਇਸ ਮਸਲੇ 'ਤੇ ਵਿਚਾਰ ਨੇ। ਹੈਲੋ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ ਢੀਂਡ ਸਾਹਿਬ ਬੋਲਦਾ ਜੀ। ਹਾਂਜੀ ਢੀਂਡ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਸ ਮਸਲੇ ਤੇ ਮੇਰਾ ਮੰਨਣਾ ਇਹ ਹੈ, ਕਿਉਂਕਿ ਮੈਂ ਕਿਸਾਨ ਪਰਿਵਾਰ ਤੋਂ ਵੀ ਆਉਣਾ ਤੇ ਮੈਂ ਪੀਏਯੂ ਦੇ ਵਿੱਚ ਜੌਬ ਵੀ ਕੀਤੀ ਹੈ ਪਹਿਲਾਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਜੀ। ਇਹਦੇ ਵਿੱਚ ਜੀ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੀ ਕਿਸਾਨ ਦੀ ਅਨਐਜੂਕੇਸ਼ਨ ਸੀਗੀ ਤੇ ਉਹਦੇ ਕਰਕੇ ਕਿਸਾਨ ਆਪਣੇ ਆਪ ਕੰਮ ਦੇ ਵਿੱਚ ਬਿਜ਼ੀ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲ ਵਾਹੀ ਜਾਂਦਾ ਸੀਗਾ, ਟੀਵੀ ਰੇਡੀਓ ਦਾ ਕੋਈ ਸਾਧਨ ਨਹੀਂ ਸੀਗਾ ਤੇ ਉਹ ਕੋਈ ਇੰਟਰੈਕਟ ਨਹੀਂ ਕਰ ਰਿਹਾ ਸੀ ਗੌਰਮੈਂਟ ਨਾਲ, ਇਸ ਕਰਕੇ ਗੌਰਮੈਂਟ ਨੂੰ ਵੀ ਪਤਾ ਸੀਗਾ ਕਿ ਸਾਨੂੰ ਜਿਹੜਾ ਬੰਦਾ ਰੌਲਾ ਪਾਈ ਨਹੀਂ ਰਿਹਾ ਉਹਨੂੰ ਅਸੀਂ ਕੁਛ ਦਈਏ ਨਾ ਦਈਏ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਗੌਰਮੈਂਟ ਆ ਵੋਟਾਂ ਦੇ ਚੱਕਰ ਦੇ ਵਿੱਚ ਕੰਮ ਕਰਦੀਆਂ ਨੇ ਜੀ। ਤਾਂ ਹੀ ਕਰਕੇ ਨੇੜੇ ਆ ਕੇ ਸਰਕਾਰਾਂ ਕਿਸਾਨਾਂ ਨੂੰ ਪੁੱਛਣ ਲੱਗ ਜਾਂਦੀਆਂ, ਪਰ 4 ਸਾਲ ਕਿਸਾਨ ਆਪ ਬਿਜ਼ੀ ਆਪਣੇ ਕੰਮਾਂ ਦੇ ਵਿੱਚ ਇੰਨਾ ਹੁੰਦਾ ਕਿ ਸਰਕਾਰਾਂ ਨਾਲ ਇੰਟਰੈਕਟ ਨਹੀਂ ਕਰਦਾ। ਪਰ ਜਿਹੜੇ ਪੜ੍ਹੇ ਲਿਖੇ ਕਿਸਾਨ ਨੇ ਜੇ ਤੁਸੀਂ ਦੇਖੋਗੇ, ਬੜੇ ਤਕੜੇ ਜ਼ਿਮੀਂਦਾਰ ਬਣੇ ਹੋਏ ਆ, ਉਹ ਸਿਰਫ ਉਹਨਾਂ ਦੀ ਐਜੂਕੇਸ਼ਨ ਕਰਕੇ ਉਹ ਯੂਨੀਵਰਸਿਟੀਆਂ ਦੇ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਨੇ ਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਫੋਲੋ ਕਰਦੇ ਨੇ ਰਾਈਟ। ਤੇ ਇਸ ਕਰਕੇ ਹੁਣ ਕਿਸਾਨ ਦੀ ਜਿਹੜੀ ਅਨਐਜੂਕੇਸ਼ਨ ਕਰਕੇ, ਮੈਂ ਯੂਨੀਵਰਸਿਟੀ ਦੇ ਵਿੱਚ ਦੇਖਿਆ ਜੀ 80% ਕਿਸਾਨ ਪਿੰਡ ਦਾ ਯੂਨੀਵਰਸਿਟੀ ਦੇ ਨਾਲ ਅਟੈਚ ਹੀ ਨਹੀਂ ਹੈਗਾ। ਕੋਈ ਨਵੀਂ ਸਕੀਮ ਆਵੇ, ਕੋਈ ਫਾਰਮਿੰਗ ਆਵੇ, ਕਿਸਾਨ ਡਰਦਾ ਜਾਂ ਉਹਦੇ ਕੋਲ ਕਮਿਊਨੀਕੇਸ਼ਨ ਨਹੀਂ ਹੋ ਰਹੀ ਜਾਂ ਉਹਦੇ ਕੋਲ ਸਹੀ ਮਾਧਿਅਮ ਨਹੀਂ ਆ, ਉਹ ਯੂਨੀਵਰਸਿਟੀ ਦੇ ਨਾਲ ਅਟੈਚ ਹੀ ਨਹੀਂ ਹੈਗਾ ਜਿਹੜੀ ਯੂਨੀਵਰਸਿਟੀ ਨੇ ਉਹਨੂੰ ਰੈਗੂਲੇਟ ਕਰਨਾ ਜੀ। ਤੇ ਇਸ ਕਰਕੇ ਗੌਰਮੈਂਟਾਂ ਨੇ ਹੁਣ
ਆਮ ਆਦਮੀ ਪਾਰਟੀ ਨੇ ਜੀ ਕਾਫੀ ਕੁਛ ਚੇਂਜ ਕੀਤਾ ਤੇ ਲੋਕਾਂ ਨੂੰ ਹੋਪ ਬੜੀ ਹੈ ਕਿ ਚੇਂਜ ਕਰੂਗੀ, ਕਿਉਂਕਿ ਅੱਜ ਤੱਕ ਕੱਲ ਨੂੰ ਪਾਰਟੀ ਜਿੱਤੇ ਚਾਹੇ ਨਾ ਜਿੱਤੇ, ਪਰ ਅੱਜ ਇੱਕ ਗਰਾਊਂਡ ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੀ, ਕਿ ਟ੍ਰੈਂਡ ਚੇਂਜ ਕਰਤਾ। ਜਿਹੜਾ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀਗੇ ਕਿ ਅਸੀਂ ਟ੍ਰੈਂਡ ਚੇਂਜ ਕਰਨਾ, ਉਹ ਟੋਟਲੀ ਹੋ ਗਿਆ। ਅੱਜ ਤੱਕ ਕਦੇ ਕਿਸੇ ਨੂੰ ਪੁੱਛ ਕੇ ਮੈਨੀਫੈਸਟੋ ਨਹੀਂ ਬਣੇ ਸੀਗੇ, ਲੋਕਾਂ ਨੂੰ ਇੰਗੇਜਮੈਂਟ ਨਹੀਂ ਕੀਤੀ ਸੀ, ਹੁਣ ਇਕੱਲੀ ਇਕੱਲੀ ਪਾਰਟੀ ਉਹੀ ਗੱਲ ਕਰਦੀ ਹੈ ਕਿ ਅਸੀਂ ਲੋਕਾਂ ਨੂੰ ਪੁੱਛਾਂਗੇ। ਤੇ ਹੁਣ ਇਹਦੇ ਚ ਜੀ ਮੇਨ ਗੱਲ ਇਹ ਹੋਣੀ ਚਾਹੀਦੀ ਹੈ ਕਿ ਕੱਲ ਨੂੰ ਜਿਹੜਾ ਮਿਨਿਸਟਰ ਬਣੇ, ਜਿਵੇਂ ਕੈਨੇਡਾ ਦੇ ਵਿੱਚ ਮਿਨਿਸਟਰੀਆਂ ਬੜੀਆਂ ਐਪਰੋਪ੍ਰੀਏਟ ਦਿੱਤੀਆਂ, ਉਸੇ ਸੰਬੰਧਿਤ ਡਿਪਾਰਟਮੈਂਟ ਦੇ ਮਿਨਿਸਟਰ ਹੋਣੇ ਚਾਹੀਦੇ ਆ, ਤੇ ਮਿਨਿਸਟਰਸ ਨੂੰ ਬਿਊਰੋਕਰੈਟਸ ਨੂੰ ਖੁੱਲੀ ਆਜ਼ਾਦੀ ਦੇਣੀ ਚਾਹੀਦੀ ਹੈ ਜੀ ਕੰਮ ਕਰਨੇ ਦੀ। ਕਿਉਂਕਿ ਮੈਂ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਦੇਖਿਆ ਕਿ ਬਹੁਤ ਤਰੀਕੇ ਨੇ, ਕਿਉਂਕਿ ਉਹਨਾਂ ਲੋਕਾਂ ਨੂੰ ਜਿਹੜੇ ਯੂਨੀਵਰਸਿਟੀ ਦੇ ਵਿੱਚ ਡਾਕਟਰਸ ਨੇ ਉਹਨਾਂ ਕੋਲ ਬਹੁਤ ਐਕਸਪੀਰੀਅੰਸ ਆ, ਉਹਨਾਂ ਨੂੰ ਪਤਾ ਕਿ ਗਰਾਊਂਡ ਦੇ ਵਿੱਚ ਕੀ ਕਰ ਸਕਦੇ ਆ, ਬਟ ਸਿਰਫ ਪੋਲੀਟਿਕਸ ਕਰਕੇ ਉਹ ਆਪਣੇ ਜਿਹੜੇ ਉਹਨਾਂ ਦੀਆਂ ਸਕੀਮਸ ਨੇ ਉਹ ਗਰਾਊਂਡ ਤੇ ਲਾਗੂ ਨਹੀਂ ਹੁੰਦੀਆਂ, ਕਿਉਂਕਿ ਪੋਲੀਟਿਕਸ ਵੋਟਾਂ ਦੇ ਨਾਲ ਕਨਵਰਟ ਕਰਕੇ ਦੇਖਦੀ ਹੈ ਹਰ ਚੀਜ਼ ਨੂੰ। ਆਉਣ ਵਾਲੀ ਪਾਰਟੀ ਨੂੰ ਇਹ ਹੋਣਾ ਚਾਹੀਦਾ ਜੀ ਕਿ ਬਿਊਰੋਕਰੈਟ ਨੂੰ ਪੂਰਾ ਚਾਂਸ ਦੇਣਾ ਚਾਹੀਦਾ ਕੰਮ ਕਰਨੇ ਦਾ, ਤੇ ਬਿਊਰੋਕਰੈਟਸ ਤੇ ਚੈੱਕ ਰੱਖਣਾ ਚਾਹੀਦਾ ਮਿਨਿਸਟਰਸ ਨੂੰ। ਬਹੁਤ ਚੰਗੇ ਵਿਚਾਰ ਹੈ ਜੀ, ਜਾਗਰੂਕਤਾ ਲਿਆਉਣ ਦੀ ਲੋੜ ਆ, ਬਿਊਰੋਕਰੈਟਸ ਨੂੰ ਇੱਕ ਕਿਸੇ ਹੱਦ ਤੱਕ ਪਾਲਿਸੀ ਬਣਾ ਕੇ ਉਹ ਤੋਂ ਬਾਅਦ ਉਹਨਾਂ ਨੂੰ ਇੱਕ ਫਰੀਡਮ ਦੇਣੀ ਚਾਹੀਦੀ ਆਪਣੇ ਕੰਮ ਕਰਨ ਦੀ, ਔਰ ਮਿਨਿਸਟਰਸ ਉਹ ਬਣਨੇ ਚਾਹੀਦੇ ਜਿਹਨਾਂ ਦੀ ਸਹੀ ਕੁਆਲੀਫਿਕੇਸ਼ਨ ਹੋਵੇ। ਜੇ ਕੋਈ ਲਾਅ ਮਿਨਿਸਟਰ ਬਣਾਉਣਾ ਵਾ ਤਾਂ ਉਹਦਾ ਲੀਗਲ ਬੈਕਗਰਾਊਂਡ ਹੋਵੇ, ਜੇ ਕੋਈ ਐਗਰੀਕਲਚਰ ਮਿਨਿਸਟਰ ਬਣਾਉਣਾ ਵਾ ਤਾਂ ਉਹ ਜੇ ਉਹਨੇ MSc ਐਗਰੀਕਲਚਰ ਕੀਤੀ ਹੈ ਜਾਂ ਉਹਦਾ ਕੋਈ ਐਗਰੀਕਲਚਰ ਸੰਬੰਧਿਤ ਐਜੂਕੇਸ਼ਨ ਵੀ ਹੈ ਉਹਨੂੰ ਔਰ ਉਹਦਾ ਤਜ਼ਰਬਾ ਵੀ ਆ, ਅਤੇ ਉਹਨੂੰ ਉੱਥੇ ਪ੍ਰੈਫਰੈਂਸ ਮਿਲਣੀ ਚਾਹੀਦੀ ਵਗੈਰਾ ਵਗੈਰਾ। ਬਹੁਤ ਚੰਗੇ ਵਿਚਾਰ ਹੈ। ਜੇ ਕੋਈ ਡਾਕਟਰ ਹੋਵੇ ਤਾਂ ਉਹ ਸ਼ਾਇਦ ਬਿਹਤਰ ਸਿਹਤ ਮੰਤਰੀ ਬਣ ਸਕਦਾ ਵਾ। ਸੋ ਇਹੋ ਜਿਹੀ ਗੱਲਾਂ ਜਿਹੜੀਆਂ ਜਿਵੇਂ ਕੈਨੇਡਾ 'ਚ ਕੀਤਾ ਗਿਆ ਵਾ, ਇੱਥੇ ਵੀ ਕਰਨ ਦੀ ਲੋੜ ਹੈ। ਬਹੁਤ ਧੰਨਵਾਦ। ਅਗਲੇ ਕਾਲਰ ਦੇਖਦੇ ਹਾਂ ਕੀ ਕਹਿੰਦੇ ਆ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਧਰਮ ਸਿੰਘ ਢੰਡਾ ਬੋਲ ਰਿਹਾ ਇੱਥੋਂ, ਪਾਟਰ ਨਿਊ ਜਰਸੀ ਤੋਂ ਜੀ। ਹਾਂਜੀ ਭਾਈ ਸਾਹਿਬ। ਹਾਂਜੀ, ਤੁਹਾਡੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਸੀਗੇ, ਜਿੱਦਾਂ ਕਾਫੀ ਵਧੀਆ ਵਿਚਾਰ ਪਹਿਲਾਂ ਵੀ ਬਾਕੀ ਬੰਦਿਆਂ ਨੇ ਦਿੱਤੇ ਆ ਜੀ। ਜਿਹੜੀ ਮੌਜੂਦਾ ਸਿਚੁਏਸ਼ਨ ਚੱਲ ਰਹੀ ਹੈ ਕਿਸਾਨਾਂ ਦੀ ਨਾ ਜੀ, ਇਹਦੇ ਵਿੱਚ ਇੱਕ ਤੇ ਇਹਨਾਂ ਦੀ ਪਾਰਟੀ ਕੋਈ ਵੀ ਆਵੇ, ਇਹਨਾਂ ਦੇ ਕਿਸਾਨਾਂ ਦੀ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਫਸਲਾਂ ਦੀ, ਮਿਨੀਮਮ ਜਿਹੜੀ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਫਸਲ ਦਾ 6 ਮਹੀਨਿਆਂ ਬਾਅਦ ਕੀ ਮੁੱਲ ਪਊਗਾ। ਦੂਜੀ ਅਲਟਰਨੇਟ ਇਹਨਾਂ ਦੀ ਜਿਹੜੀ ਪੈਦਾਇਸ਼ ਆ ਉਹ ਅਲਟਰਨੇਟ ਜ਼ਰੂਰ ਹੋਣਾ ਚਾਹੀਦਾ, ਇਕੱਲੀ ਝੋਨਾ ਦੇ ਕਣਕ ਨਹੀਂ ਹੋਣੀ ਚਾਹੀਦੀ, ਕੋਈ ਅਲਟਰਨੇਟ ਉਹਨਾਂ ਦੇ ਜਿਹੜੀ ਪੈਦਾਇਸ਼ ਆ ਉਹ ਦਿੱਤੀ ਜਾਣੀ ਚਾਹੀਦੀ ਹੈ, ਅਤੇ ਉਹਨਾਂ ਦੇ ਮਿਨੀਮਮ ਰੇਟ ਜ਼ਰੂਰ ਫਿਕਸ ਕੀਤੇ ਜਾਣੇ ਚਾਹੀਦੇ ਆ ਪੰਜਾਬ ਦੇ ਵਿੱਚ। ਮਿਹਰਬਾਨੀ ਮਿਹਰਬਾਨੀ, ਬਿਲਕੁਲ ਸਪਸ਼ਟ ਵਿਚਾਰ ਆ। ਅਸੀਂ ਵੀ ਜਦੋਂ ਲੋਕਾਂ ਨਾਲ ਵਾਰਤਾਲਾਪ ਕੀਤਾ ਤਾਂ ਕਰੀਬ ਸਾਰੇ ਕਿਸਾਨਾਂ ਦਾ ਮੰਨਣਾ ਸੀ ਕਿ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਹੌਲੀ ਹੌਲੀ ਝੋਨੇ ਦੀ ਫਸਲ 'ਚ ਕਟੌਤੀ ਕਰਨੀ ਚਾਹੀਦੀ ਆ। ਇਹ ਤਦ ਹੀ ਹੋ ਸਕਦਾ ਜੇ ਸਰਕਾਰਾਂ ਵੱਲੋਂ ਝੋਨੇ ਦੀ ਥਾਂ ਦੂਜੀਆਂ ਹੋਰ ਵਾਲੀ ਹੋਣ ਵਾਲੀਆਂ ਜਿਹੜੀਆਂ ਦੂਜੀਆਂ ਫਸਲਾਂ ਵਾ ਉਹਨਾਂ ਲਈ ਸਹੀ ਕੀਮਤ ਜਿਹੜੀ ਆ ਉਹ ਮੁਹੱਈਆ ਕਰਾਈ ਜਾਏ। ਹੁਣ ਆਲੂ ਵਰਗੀਆਂ ਜਿਹੜੀਆਂ ਫਸਲਾਂ ਵਾ ਕਈ ਵਾਰੀ ਸਹੀ ਰੇਟ ਨਾ ਮਿਲਣ ਕਰਕੇ ਮੰਡੀਆਂ 'ਚ ਜਾਂ ਸੜਕਾਂ 'ਤੇ ਰੁਲਦੀਆਂ ਵਾ, ਸਰਕਾਰ ਸੁੱਟਣਾ ਪੈਂਦਾ ਉਹਨਾਂ ਨੂੰ। ਛੋਟੇ ਕਿਸਾਨਾਂ ਵਾਸਤੇ ਕਿਸਾਨੀ ਸੰਸਥਾਵਾਂ ਨੂੰ ਬੜਾਵਾ ਅਤੇ ਕੋਪਰੇਟਿਵ ਮੂਵਮੈਂਟ 'ਚ ਨਵੀਂ ਜਾਨ ਪਾਉਣ ਦੀ ਲੋੜ ਹੈ। ਬਹੁਤ ਸਾਰੇ ਲੋਕਾਂ ਨੇ ਵੀ ਸੁਝਾਅ ਦਿੱਤਾ ਕਿ ਭ੍ਰਿਸ਼ਟਾਚਾਰ ਉੱਪਰ ਸਖਤੀ ਨਾਲ ਨਕੇਲ ਪਾਉਣ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਸਹੀ ਬੀਜ ਅਤੇ ਕੀਟਨਾਸ਼ਕ ਦਵਾਉਣ ਲਈ ਦਵਾਈਆਂ ਵਾਸਤੇ ਇਹਨਾਂ ਨੂੰ ਦਵਾਉਣ ਵਾਸਤੇ PAU ਲੁਧਿਆਣਾ ਵਰਗੀਆਂ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਨੂੰ ਹੋਰ ਤਾਕਤਵਰ ਬਣਾਉਣਾ ਚਾਹੀਦਾ। ਇਹੋ ਜਿਹੇ ਬਹੁਤ ਸਾਰੇ ਸਾਨੂੰ ਰਿਕਮੈਂਡੇਸ਼ਨਸ ਆਈਆਂ ਸੀ। ਭਾਈ ਸਾਹਿਬ ਨੇ ਕ੍ਰੋਪ ਇੰਸ਼ੋਰੈਂਸ ਦੀ ਗੱਲ ਕੀਤੀ, ਇਹਨੂੰ ਅਸੀਂ ਸਟੱਡੀ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਵੀ ਇੱਕ ਕ੍ਰੋਪ ਇੰਸ਼ੋਰੈਂਸ ਸਕੀਮ ਅਨਾਊਂਸ ਕੀਤੀ ਹੈ, ਉਹਦੇ 'ਚ ਕੁਝ ਖਾਮੀਆਂ ਵਾ, ਉਹ ਖਾਮੀਆਂ ਅਸੀਂ ਨੋਟਿਸ ਕੀਤੀਆਂ ਵਾ। ਪੰਜਾਬ ਸਰਕਾਰ ਨੇ ਵੀ ਕੁਝ ਗੱਲਾਂ ਕਹੀਆਂ ਵਾ ਵੀ ਇਹਨਾਂ 'ਚ ਆਹ ਪ੍ਰੋਬਲਮਸ ਹੈ, ਇਹਦੇ ਕਰਕੇ ਇਹਨੂੰ ਅਸੀਂ ਲਾਗੂ ਨਹੀਂ ਕਰ ਸਕਦੇ। ਅਮੈਰੀਕਾ ਦੇ ਵਿੱਚ ਜੋ ਸਿਸਟਮ ਆ ਉੱਥੇ ਇੱਕ ਏਜੰਸੀ ਬਣੀ ਆ ਜਿਹੜਾ ਨੁਕਸਾਨ ਹੁੰਦਾ ਵਾ ਉਹਦਾ ਜਾਇਜ਼ਾ ਲੈਣ ਵਾਸਤੇ ਔਰ ਉਹਦੇ 'ਤੇ ਪੋਲਿਸੀ ਬਣਾਉਣ ਵਾਸਤੇ। ਸੋ ਇਹ ਸਾਰੀਆਂ ਚੀਜ਼ਾਂ ਸਟੱਡੀ ਕਰਕੇ ਦੇਖਦੇ ਹਾਂ ਵੀ ਅਸੀਂ ਕਿਸ ਤਰ੍ਹਾਂ ਦੀ ਨੀਤੀ ਜਿਹੜੀ ਆ ਉਹ ਆਪਣੀ ਪਾਰਟੀ ਵੱਲੋਂ ਲਿਆ ਸਕਦੇ ਹਾਂ। ਦੇਖਦੇ ਹਾਂ ਅਗਲੇ ਕਾਲਰ ਸਾਡੇ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ ਸੰਧੂ ਸਾਹਿਬ, ਜਿਹੜੀ ਅੱਗੇ ਕੱਟੀ ਗਈ ਸੀ ਕਾਰ, ਹਾਂਜੀ ਸੇਖੋ ਸਾਹਿਬ, ਹਾਂਜੀ ਕੁਲਦੀਪ ਸਿੰਘ ਬੋਲਦਾ ਜੀ। ਹਾਂਜੀ, ਬੇਨਤੀ ਹੈ ਵੀ ਆਪਣੇ, ਮੈਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਕਿਸਾਨਾਂ ਨੂੰ ਵੀ, ਅਸੀਂ ਅੱਗੇ ਤਜਰਬਾ ਕੀਤਾ ਜੀ ਵੀ ਝੋਨੇ ਦੇ ਨਾਲ ਕਣਕ ਤੋਂ ਬਾਅਦ ਮੂੰਗੀ ਦੀ ਫਸਲ ਇੱਕ ਬਹੁਤ ਵਧੀਆ ਹੁੰਦੀ ਹੈ ਜੀ, ਕਿਸਾਨ ਮਿਹਨਤ ਕਰਨ ਉੱਤੇ ਉਹ 10,000 ਰੁਪਇਆ ਕੱਢ ਜਾਂਦੀ, ਸਾਰੇ ਖਾਤੇ ਕੱਢ ਜਾਂਦੀ ਹੈ ਜੀ। ਜੀ ਉਹਦੀ ਉਹਦੀ ਮਤਲਬ ਜਿਹੜੀ ਖਾਦ ਹੈ ਉਹਨੂੰ ਜੇ ਵਾਹ ਕੇ ਵਿੱਚ ਜੀ ਅਤੇ ਉਹ ਖਾਦ ਵੀ ਉਹਦਾ ਮਤਲਬ ਉਹ ਗਾਹ ਝੋਨੇ ਵਾਸਤੇ ਬਹੁਤ ਬੈਨੀਫਿਟ ਹੁੰਦੀ ਹੈ, ਫਾਇਦੇਮੰਦ ਹੁੰਦੀ ਹੈ ਜੀ। ਅਤੇ ਦੂਜੀ ਬੇਨਤੀ ਤੁਹਾਨੂੰ ਹੈ ਜੀ, ਤੁਹਾਨੂੰ ਬੇਨਤੀ ਹੈ ਵੀ ਤੁਸੀਂ ਮਤਲਬ ਜਿਹੜੀ ਇੱਕ ਤਾਂ ਮੰਡੀ ਕਰਨ ਵਾਲੇ ਬਹੁਤ ਖਿਆਲ, ਮੰਡੀ ਕਰਨ ਵਾਲੇ ਖਿਆਲ ਰੱਖੋ ਜੀ, ਰੱਖਣਾ ਚਾਹੀਦਾ ਤੁਹਾਨੂੰ ਜਿੱਦਣ ਤੁਸੀਂ ਨਵੇਂ ਬੰਦੇ ਆਪਣਾ ਨਵੀਂ ਸਰਕਾਰ ਆਉਣ 'ਤੇ। ਅਤੇ ਇੱਕ ਮਤਲਬ ਇਹਨਾਂ ਨੂੰ ਜਿਹੜੀ ਹੁਣ ਬਾਗਬਾਨੀ ਹੈ ਨਾ ਜੀ, ਬਾਗਬਾਨੀ ਬਹੁਤ ਘੱਟ ਆ ਜੀ, ਬਾਗਬਾਨੀ ਸਰਕਾਰ ਦੇ
ਸਹਿਯੋਗ ਨਾਲ ਹੋ ਸਕਦੀ ਹੈ, ਨਹੀਂ ਨਹੀਂ ਹੋ ਸਕਦੀ। ਇੱਕ ਇੱਕ ਕੰਡਾ ਦੋ ਦੋ ਕਿੱਲੇ ਕਿਸੇ ਦੇ ਬਾਗਬਾਨੀ ਲਾਈ ਹੋਏ, ਕਿਸੇ ਦੇ ਮਤਲਬ ਸਬਜ਼ੀ ਲਾਈ ਹੋਏ, ਇਹੋ ਕਰਕੇ ਬਾਗਬਾਨੀ ਬਹੁਤ ਘੱਟ ਹੈ ਜੀ। ਬਾਗਬਾਨੀ ਦੀ ਵੀ ਇੱਕ ਇੱਕ ਸਰਕਾਰ ਸਹਾਇਤਾ ਕਰੇ ਕਿਸਾਨ ਨੂੰ, ਤੇ ਇੱਕ ਕਿੱਲਾ ਜਿਹੜਾ 10 ਕਿੱਲਿਆਂ ਮਗਰ ਇੱਕ ਕਿੱਲਾ ਬਾਗ ਲਾਇਆ ਹੋਵੇ ਤਾਂ ਉਹਦੇ ਅਸੀਂ ਤਜਰਬਾ ਕੀਤਾ ਥੋੜੇ ਜਿਹੇ ਕਨਾਲ ਕਲਾ ਕੇ, ਬੜਾ ਵਧੀਆ ਤਜਰਬਾ ਜੀ। ਧੰਨਵਾਦ, ਮਿਹਰਬਾਨੀ। ਵਾਕਈ ਮੂੰਗੀ ਵਰਗੀਆਂ ਫਸਲਾਂ ਜਿਹੜੀਆਂ ਇਨਕਰੇਜ ਕੀਤੀਆਂ ਜਾ ਸਕਦੀਆਂ ਵਾ, ਪਰ ਉਹਦੇ ਵਾਸਤੇ ਇੱਕ ਸਹੀ ਇਨਕਰੇਜ ਤਦ ਹੀ ਹੋਣਗੀਆਂ ਜੇ ਉਹਨਾਂ ਵਾਸਤੇ ਸਹੀ ਰੇਟ ਔਰ ਅਸ਼ੋਰਡ ਮਾਰਕੀਟਿੰਗ ਜਿਹੜੀ ਆ ਉਹ ਆਪਾਂ ਕ੍ਰੀਏਟ ਕਰ ਸਕੀਏ। ਵਾਕਈ ਵੈਜੀਟੇਬਲ ਸ਼ਹਿਰਾਂ ਦੇ ਕੋਲ ਜਿਹੜੀਆਂ ਥਾਵਾਂ ਵਾ ਉੱਥੇ ਦੇ ਵੈਜੀਟੇਬਲਸ ਤੋਂ ਕਾਫੀ ਜ਼ਿਮੀਦਾਰ ਪੈਸਾ ਕਮਾ ਸਕਦੇ ਆ। ਸਿਰਫ ਇਹੋ ਹੀ ਨਹੀਂ, ਪੈਸਾ ਉਹ ਤਦ ਹੀ ਕਮਾਉਣਗੇ ਜੇ ਉਹਨਾਂ ਨੂੰ ਸਿੱਧਾ ਹੀ ਵੈਜੀਟੇਬਲਸ ਨੂੰ ਗਰੋ ਵੀ ਕਰਨ ਔਰ ਉਸ ਤੋਂ ਬਾਅਦ ਉਹ ਮਾਰਕੀਟਿੰਗ ਵੀ ਕਰ ਸਕਣ। ਹੁਣ ਕਿਸਾਨ ਜਿਹੜਾ ਵਾ ਮਾਰਕੀਟਿੰਗ ਦੇ ਵਿੱਚ ਨੁਕਸਾਨ ਚੱਲਦਾ ਵਾ, ਕਿਉਂਕਿ ਉਹ ਕੋਈ ਚੀਜ਼ ਉਗਾਉਂਦਾ ਵਾ ਉਹਨੂੰ ਭਾਅ ਮਿਲਦਾ ਵਾ 2 ਰੁਪਈਏ ਅਤੇ ਉਹ ਬਾਅਦ ਦੇ ਵਿੱਚ ਮਾਰਕੀਟ ਦੇ ਵਿੱਚ 8 ਜਾਂ 10 ਰੁਪਏ ਵਿਕਦੀ ਆ। ਉਹ ਜਿਹੜਾ ਵੈਲਿਊ ਚੇਨ ਦਾ ਹਿੱਸਾ ਨਹੀਂ ਹੈਗਾ ਵੀ ਉਹਨੂੰ ਉਹ ਵੈਲਿਊ ਚੇਨ ਦੇ ਵਿੱਚ ਫਾਇਦਾ ਕੋਈ ਜਿਹੜਾ ਹੁੰਦਾ ਵਾ ਉਹਦਾ ਹਿੱਸਾ ਉਹਨੂੰ ਮਿਲ ਸਕੇ। ਸੋ ਜੇ ਇੱਕ ਵੈਜੀਟੇਬਲਸ ਗਰੋ ਕਰਦਾ ਵਾ, ਜਿਵੇਂ ਆਪਣੀ ਮੰਡੀ ਸਕੀਮ ਸੀਗੀ ਵੀ ਸਿੱਧਾ ਹੀ ਉਹ ਗਾਹਕ ਕੋਲ ਜਾ ਸਕਦਾ ਵਾ, ਸੋ 2 ਰੁਪਏ ਦੇਣ ਦੀ ਬਜਾਏ ਉਹ ਸਿੱਧਾ ਹੀ ਉੱਥੇ 8 ਰੁਪਏ ਦੇ ਵਿੱਚ ਚੀਜ਼ ਵੇਚ ਸਕਦਾ ਵਾ। ਸੋ ਇਹੋ ਜਿਹੀਆਂ ਕੰਡੀਸ਼ਨਸ ਕ੍ਰੀਏਟ ਕਰਨੀਆਂ ਚਾਹੀਦੀਆਂ ਔਰ ਇਹ ਸਰਕਾਰਾਂ ਹੀ ਕ੍ਰੀਏਟ ਕਰ ਸਕਦੀਆਂ ਵਾ। ਸੋ ਇਹੋ ਜਿਹੇ ਸਟੈਪਸ ਲੈਣ ਦੀ ਲੋੜ ਆ। ਮਿਹਰਬਾਨੀ, ਅਗਲੇ ਕਾਲਰ ਵੱਲ ਵੱਧਦੇ ਹਾਂ, ਦੇਖਦੇ ਹਾਂ ਕੀ ਕਹਿੰਦੇ ਹੋ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਜਿਹੜਾ ਜ਼ਿਮੀਦਾਰਾਂ ਦਾ ਕੌਣ ਬੋਲੇ ਜੀ? ਜਸਵੀਰ ਸਿੰਘ ਬੋਲਦਾ, ਸਰਪੰਚ ਮੋਹਾਲੀ ਜ਼ਿਲ੍ਹੇ ਤੋਂ ਜੀ। ਹਾਂਜੀ ਭਾਈ ਸਾਹਿਬ, ਸੰਤੇ ਮਾਜਰਾ ਪਿੰਡ ਹੈ ਜੀ। ਹਾਂਜੀ ਹਾਂਜੀ, ਇੱਕ ਤਾਂ ਤੁਹਾਨੂੰ ਵਧਾਈਆਂ, ਤੁਸੀਂ ਆਮ ਆਦਮੀ ਪਾਰਟੀ ਕਿੰਨੀ ਰਲੇ ਹੋ ਜੀ। ਮਿਹਰਬਾਨੀ ਮਿਹਰਬਾਨੀ ਜੀ। ਹਾਂਜੀ ਹਾਂ, ਇੱਕ ਜਿਹੜਾ ਜ਼ਿਮੀਦਾਰ ਦਾ ਮਸਲਾ ਇਹ ਨਾ, ਮੈਂ ਆਪਣੇ ਖਰਚੇ ਵਧਾ ਲਏ ਜੀ। ਆਪ ਖਰਚੇ ਘਟਣੇ ਚਾਹੀਦੇ, ਬਿਲਕੁਲ ਸਹੀ ਕਿਹਾ। ਅੱਗੇ ਵੀ ਇੱਕ ਕਾਲਰ ਨੇ ਦੱਸਿਆ ਵੀ ਕਿਵੇਂ ਹੋ ਸਕਦਾ। ਇਹਨਾਂ ਨੇ ਹੁਣ ਜਿਹੜਾ 5 ਕਿੱਲਿਆਂ ਵਾਲਾ ਆਏਗਾ ਉਹ ਵੀ 20 ਕਿੱਲਿਆਂ ਵਾਲਾ ਰਿਲੀਜ਼ ਕਰਦਾ ਹੈ ਜੀ, ਉਹ ਵੀ 20 ਕਿੱਲਿਆਂ ਵਾਲੇ ਰਿਲੀਜ਼ ਕਰਦਾ ਹੈਗਾ, ਟਰੈਕਟਰ ਲੈਂਦਾ ਹੈਗਾ 5 ਕਿੱਲਿਆਂ ਵਾਲੇ। ਖਰਚੇ ਘਟਣੇ ਚਾਹੀਦੇ ਜਸਵੀਰ ਸਿੰਘ ਜੀ, ਹੋਰ ਕੀ ਹੋਣਾ, ਹੋਰ ਕੀ ਹੋ ਸਕਦਾ? ਨਹੀਂ, ਜਿਸ ਤਰ੍ਹਾਂ ਕੋਆਪਰੇਟਿਵ ਸਟੇਟੀਆਂ ਬਣੀਆਂ ਵੀ ਹੈਗੀਆਂ, ਉਹ ਟਰੈਕਟਰ ਦਿੰਦੀਆਂ ਹੈਗਾ, ਸਮਾਨ ਦਿੰਦੀਆਂ ਹੈਗੇ, ਜ਼ਿਮੀਦਾਰ ਉੱਥੇ ਦੇ ਕਿਰਾਏ 'ਤੇ ਲੈਣ। ਜ਼ਿਮੀਦਾਰਾਂ ਆਪਣੇ ਆਪ ਖਰਚਾ ਕਰਨ ਦੀ ਬਜਾਏ ਟਰੈਕਟਰਾਂ 'ਤੇ ਔਰ ਬਾਕੀ ਹੋਰ ਜਿਹੜੇ ਸੰਦਾਂ ਦੇ ਉੱਤੇ ਉਹ ਜੇ ਕੋਆਪਰੇਟਿਵ ਮੂਵਮੈਂਟ ਤੋਂ ਉਹਨਾਂ ਨੂੰ ਮਿਲ ਜਾਣ, ਕੋਆਪਰੇਟਿਵ ਸੁਸਾਇਟੀਆਂ ਤੋਂ ਮਿਲ ਜਾਣ ਤਾਂ ਬਿਹਤਰ ਹੈ। ਹਾਂਜੀ ਹਾਂਜੀ ਹਾਂ, ਜੇ ਉਹ ਉੱਥੇ ਦੇ ਲੈ ਕੇ ਕਿਰਾਏ ਪਰ ਜਿਸ ਤਰ੍ਹਾਂ ਉਹ ਕਿਰਾਇਆ ਲੈਂਦੇ, ਬਹੁਤ ਘੱਟ ਕਿਰਾਇਆ ਲੈਂਦੇ, ਟਰਾਲੀਆਂ ਵੀ ਰੱਖੀਆਂ ਵੀ ਉਹਨਾਂ ਨੇ, ਕਲਟੀਵੇਟਰ ਵੀ, ਤਵੀਆਂ ਵੀ, ਸਾਰਾ ਸਮਾਨ ਰੱਖਿਆ ਬਾਈ। ਓਕੇ, ਕੋਈ ਹੋਰ ਵਿਚਾਰ? ਹੋਰ ਜੀ ਆਹੀ ਹੈ ਜੀ, ਜੇ ਬਰਾਬਰ ਆਪਣਾ ਜਿੰਨੇ ਕੁ ਵੇਚੇਗਾ ਇਹਨਾਂ ਦਾ 5 ਕਿੱਲਿਆਂ ਦਾ, ਉਨੇ ਕੁ ਕੰਮ ਕਰੇ ਤਾਂ ਹੀ ਜ਼ਿਮੀਦਾਰ ਠੀਕ ਰਹੂਗਾ ਜੀ, ਨਹੀਂ ਤਾਂ ਖੁਦਕੁਸ਼ੀਆਂ ਤਾਂ ਕੋਈ ਸਰਕਾਰ ਰੋਕ ਨਹੀਂ ਸਕਦੀ ਇਹਨਾਂ ਦੀਆਂ। ਮਿਹਰਬਾਨੀ ਮਿਹਰਬਾਨੀ, ਡੈਫੀਨੇਟਲੀ ਜ਼ਿਮੀਦਾਰ ਨੂੰ ਆਪ ਕਈ ਸਟੈਪ ਚੁੱਕਣੇ ਪੈਣੇ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਹਰਭਜਨ ਸਿੰਘ ਢਿੱਲੋਂ ਬੋਲਦਾ ਜੀ, ਹੈਨਫੋਰਡ ਤੋਂ ਜੀ, ਕੈਲੀਫੋਰਨੀਆ। ਢਿੱਲੋਂ ਸਾਹਿਬ, ਕਿਹੜੀ ਜਗ੍ਹਾ ਦੱਸੀ ਤੁਸੀਂ? ਹੈਨਫੋਰਡ ਜੀ, ਹੈਨਫੋਰਡ। ਇਹ ਕਿੱਥੇ ਗਿਆ ਜੀ? ਇਹ ਫਰੀਜ਼ ਨੂੰ ਥੋੜ੍ਹਾ ਜਿਹਾ ਸਾਈਡ ਨੂੰ ਪੈਂਦਾ ਜੀ। ਓਕੇ, ਹਾਂਜੀ, ਦੱਸੋ ਢਿੱਲੋਂ ਸਾਹਿਬ, ਕੀ ਉੱਥੇ ਤੁਸੀਂ ਵਾਈ ਕਰਦੇ, ਐਗਰੀਕਲਚਰ ਕਰਦੇ ਉੱਥੇ ਤੁਸੀਂ ਕਿ ਹੋਰ ਕਿੱਤਾ ਕਰਦੇ ਹੁਣ? ਹਾਂਜੀ, ਹੁਣ ਉੱਥੇ ਕੀ ਕਰਦੇ ਤੁਸੀਂ ਅੱਜ ਕੱਲ੍ਹ? ਇੱਥੇ ਮੈਂ ਤਾਂ ਵਿਹਲਾ ਹੀ ਹਾਂ ਜੀ, ਬੱਚੇ ਕੰਮ ਕਰਦੇ ਆ। ਅੱਛਾ, ਓਕੇ, ਹਾਂਜੀ, ਦੱਸੋ ਕੀ ਵਿਚਾਰ ਨੇ? ਇੰਡੀਆ 'ਚ ਖੇਤੀ ਕਰਦੇ ਸੀ, ਨਾਲੇ ਮੈਂ ਭਾਰਤੀ ਕਿਸਾਨ ਯੂਨੀਅਨ 'ਚ ਕੰਮ ਕੀਤਾ। ਅਸੀਂ ਬੜਾ ਮੰਗਿਆ ਸਰਕਾਰ ਕੋਲੋਂ ਕਿ ਸਾਨੂੰ ਸਵਾਮੀਨਾਥਨ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰੋ, ਕਿਸਾਨ ਨੂੰ ਪ੍ਰਾਈਜ਼ਾਂ ਪੂਰੀਆਂ ਮਿਲਣ, ਕਿਸਾਨ ਨੂੰ ਖਰਚਿਆਂ ਦੇ ਮੁਤਾਬਕ ਜਿਹੜੀਆਂ ਉਹ ਪ੍ਰਾਈਜ਼ਾਂ ਨਹੀਂ ਪੂਰੀਆਂ ਮਿਲੀਆਂ, ਕਰਜ਼ਾ ਚੜ੍ਹਨ ਦਾ ਇੱਕ ਤਾਂ ਕਾਰਨ, ਇਹ ਵੱਡਾ, ਸਭ ਤੋਂ ਵੱਡਾ ਕਾਰਨ ਜੀ। ਅਤੇ ਦੂਜੀ ਹੁਣ ਗੱਲ ਇਸ ਵੇਲੇ ਇਹ ਖੜੀ ਆ ਕਿ ਜਿੱਦਾਂ ਰੋਜ਼ ਸੂਸਾਈਡ ਕਰ ਰਹੇ ਆ ਕਿਸਾਨ, ਅਤੇ ਕੁਛ ਵਿੱਚ ਹੀ ਆਪਾਂ ਕਹਿੰਦੇ ਹਾਂ ਕਿ ਕਿਸਾਨ ਨੇ ਖਰਚੇ ਬੜੇ ਵਧਾ ਲਏ, ਕਿਸਾਨ ਦਾ ਵੀ ਦਿਲ ਆ, ਉਹ ਸਾਰੀ ਉਮਰ ਅਨਾਜ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ ਜੀ, ਉਹ ਵੀ ਚਾਹੁੰਦਾ ਹੈ ਕਿ ਮੈਂ ਵੀ ਯਾਰ ਕੋਈ ਚੰਗਾ ਕੋਈ ਫੰਕਸ਼ਨ ਕਰਾਂ ਜਾਂ ਕੁਛ ਕਰਾਂ, ਅਤੇ ਸਿਰਫ ਸਰਕਾਰਾਂ ਨੇ ਕਿਸਾਨ ਨੂੰ ਇੰਨਾ ਕੁ ਥੱਲੇ ਲਾ ਤਾ, ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਵੇ, ਸਾਰੀਆਂ ਸਰਕਾਰਾਂ ਨੇ ਥੱਲੇ ਲਾਇਆ ਕਿਸਾਨ ਨੂੰ, ਪੂਰੀ ਤਰ੍ਹਾਂ ਕਰਜ਼ਾਈ ਕੀਤਾ, ਅਤੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜੀ। ਸਵਾਮੀਨਾਥਨ ਰਿਪੋਰਟ ਵਿੱਚ ਇਹੀ ਸੀ, ਕਿਉਂਕਿ ਅਸੀਂ ਤਾਂ ਬੜੇ ਧਰਨੇ ਮੁਜ਼ਾਹਰੇ ਕਰਦੇ ਰਹੇ ਉੱਥੇ, ਮੈਂ 8 'ਚ ਹੀ ਆਇਆ ਇੱਥੇ, ਅਤੇ ਸੋ ਗੱਲ ਹੈ ਵੀ ਜੇ ਇਹ ਉਹ ਸਟੱਡੀ ਕਰ ਰਿਹਾ ਜੀ ਵੀ ਸਵਾਮੀਨਾਥਨ ਰਿਪੋਰਟ ਇੰਪਲੀਮੈਂਟ ਕਰਨ ਦੇ ਕੀ ਉਹਦੇ ਇਨਫੈਕਟ ਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ, ਇਹਦੇ ਬਾਰੇ ਵੀ ਸਟੱਡੀ ਕਰ ਰਹੇ ਹਾਂ। ਪਰ ਡੈਫੀਨੇਟਲੀ ਜਿਹੜੀਆਂ ਕਿਸਾਨਾਂ ਦੀਆਂ ਜਿਨਸਾਂ ਵਾ ਉਹਨਾਂ ਦੀ ਪ੍ਰਾਈਸਿਸ ਜਿਹੜੀਆਂ ਵਾ ਉਹ ਪ੍ਰਾਈਸ ਇੰਡੈਕਸ ਦੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ। ਟੋਲਨ ਸਾਹਿਬ, ਬਹੁਤ ਧੰਨਵਾਦ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ, ਸ਼ਾਇਦ ਇੱਕ ਅੱਧੀ ਕਾਲ ਲੈ ਕੇ ਸਾਨੂੰ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਊ। ਹੈਲੋ,
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਆਤਮਾ ਸਿੰਘ ਪਿੰਡਰ ਬੋਲਦਾ ਜੀ, ਸਰੀ ਵੈਨਕੂਵਰ ਤੋਂ। ਹਾਂਜੀ ਹਾਂਜੀ ਪਿੰਡਰ ਸਾਹਿਬ, ਦੱਸੋ ਤੁਹਾਡੇ ਕੀ ਵਿਚਾਰ ਹੈ, ਆਪਾਂ ਕਿਸਾਨੀ ਬਾਰੇ ਗੱਲ ਕਰ ਰਹੇ ਹਾਂ। ਹਾਂਜੀ ਮੇਰਾ ਵਿਚਾਰ ਇਹ ਆ ਜੀ, ਜਿਹੜੀਆਂ ਛੋਟੀਆਂ ਫਸਲਾਂ ਵਾ ਇਹਦੀ ਸਪੋਰਟ ਪ੍ਰਾਈਸ ਮੇਰਾ ਖਿਆਲ ਹੋਣੀ ਬੜੀ ਮੁਸ਼ਕਲ ਆ ਗੌਰਮੈਂਟ ਵੱਲੋਂ। ਰਾਈਟ, ਤੇ ਇਹਦੀ ਮਤਲਬ ਗੌਰਮੈਂਟ ਕਿਸ ਤਰ੍ਹਾਂ ਜਿਹੜੀ ਆ ਤੁਸੀਂ ਆਪਣੇ ਸੈਂਟਰ ਲੈਵਲ ਤੋਂ ਹੀ ਮਤਲਬ ਤੈਅ ਕਰਨੀ ਪੈਣੀ ਇਹਨਾਂ ਦੀ ਸਪੋਰਟ ਪ੍ਰਾਈਸ, ਤੇ ਨਿੱਕੀਆਂ ਫਸਲਾਂ ਦੀ ਹੋਣੀ ਬੜੀ ਮੁਸ਼ਕਲ ਆ। ਤੇ ਕੀ ਕਰਨਾ ਚਾਹੀਦਾ ਇਹਦੇ ਵਾਸਤੇ? ਹਾਂਜੀ ਕੀ ਕਰਨਾ ਚਾਹੀਦਾ ਇਹਦੇ ਵਾਸਤੇ? ਵੇਖੋ ਮਾਰਕੀਟਿੰਗ ਦਾ ਮਤਲਬ ਛੋਟੇ ਛੋਟੇ ਯੂਨਿਟ ਬਣਾ ਕੇ ਇਹ ਤੇ ਜਿਹੜੀ ਕਿਸਾਨੀ ਦੀ ਸਮੱਸਿਆ ਜਿਹੜੀ ਸਪੋਰਟ ਪ੍ਰਾਈਸ ਦੀ, ਜਿਹੜੀਆਂ ਇਹ ਸ਼ੋਰਟ ਟਰਮ ਫਸਲਾਂ ਹੈਗੀਆਂ ਇਹਦੀ ਸਾਰੀ ਦੁਨੀਆਂ 'ਤੇ ਮਤਲਬ ਨਾ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਆ। ਮੈਂ ਇੱਥੇ ਵੈਨਕੂਵਰ 'ਚ ਰਹਿੰਦਾ ਵਾਂ ਅਤੇ ਇੱਥੇ ਅਸੀਂ ਬੇਰੀ ਦੇਖਿਆ ਪਿਛਲੇ ਸਾਲ, ਲੋਕਾਂ ਨੇ ਬੇਰੀ ਜਿਹੜੀ ਆ ਉਹ ਖੜੀ ਛੱਡੀ ਸੀ ਕਿਉਂਕਿ ਉਹਦਾ ਭਾਅ ਮਤਲਬ 50 ਸੈਂਟ ਸਾਰਾ ਪਾਊਂਡ ਦਾ ਆ ਗਿਆ ਸੀ। ਔਰ ਮੈਨੂੰ ਬੜਾ ਇਹਦਾ ਕੜਵਾ ਤਜਰਬਾ ਵੀ ਫਾਰਮਰਾਂ ਨੇ ਬੇਰੀ ਤੋੜੀ ਨਹੀਂ ਸੀ, ਇਸ ਕਰਕੇ ਨਾ ਓਵਰਆਲ ਜੀ ਪ੍ਰੋਬਲਮ ਹੈਗੀ, ਇੱਡੀ ਸੌਖੀ ਨਹੀਂ ਹੈਗੀ। ਇੱਕ ਮੇਰਾ ਸੁਝਾਅ ਹੈਗਾ ਮਾੜਾ ਜਿਹਾ ਵੀ ਇੱਥੇ ਗ੍ਰੀਨ ਹਾਊਸ ਮੈਂ ਦੇਖੇ ਨੇ ਟਮੈਟੋ ਦੇ, ਮਿਰਚਾਂ ਦੇ, ਦੂਜਿਆਂ ਦੇ ਬੜੇ ਤਗੜੇ 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 ਜੀ। ਉਹ ਵੇਖੋ ਇਕੱਲੇ 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 ਟਮਾਟਰ ਦੇ ਉੱਤੇ ਇਕੱਲਾ ਇਕੱਲਾ ਬਲਬ ਜਗਾ ਕੇ ਤੇ ਟਮੈਟੋ ਨੂੰ ਫੇਰ ਅੱਗੇ ਪ੍ਰੋਸੈਸਿੰਗ ਪਲਾਂਟ ਨਾਲ ਹੀ ਗ੍ਰੀਨ ਹਾਊਸਾਂ ਦੇ ਵਿੱਚ ਲੱਗੇ, ਮੈਂ ਵੀ ਕੰਮ ਕੀਤਾ ਗ੍ਰੀਨ ਹਾਊਸ ਦੇ ਵਿੱਚ। ਔਰ ਉਹੋ ਜੇ ਸਰਕਾਰ ਦੀ ਨੀਯਤ ਸਾਫ਼ ਹੋਵੇ ਫੇਰ ਵਾ, ਤੇ ਫਿਰ ਇਹਨਾਂ ਨੂੰ ਮਤਲਬ ਕਿਸਾਨੀ ਨੂੰ ਬਚਾਇਆ ਜਾ ਸਕਦਾ ਵਾ, ਅਦਰਵਾਈਜ਼ ਨਹੀਂ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਮਿਹਰਬਾਨੀ। ਗ੍ਰੀਨ ਹਾਊਸ ਕਨਸੈਪਟ ਜਿਹੜਾ ਵਾ ਉਹਨੂੰ ਸਟੱਡੀ ਕਰਨ ਦੀ ਲੋੜ ਆ। ਇਨਫੈਕਟ ਕੈਨੇਡਾ, ਅਮੈਰੀਕਾ ਵਰਗੇ ਥਾਵਾਂ 'ਤੇ ਕਿਵੇਂ ਗ੍ਰੀਨ ਹਾਊਸ ਜਿਹੜਾ ਕਨਸੈਪਟ ਆ ਉਹ ਚੱਲ ਰਿਹਾ, ਔਰ ਗ੍ਰੀਨ ਹਾਊਸ ਦੇ ਨਾਲ ਹੀ ਪ੍ਰੋਸੈਸਿੰਗ ਪਲਾਂਟ ਉੱਥੇ ਦੱਸਿਆ ਉਹਨਾਂ ਨੇ ਲੱਗਾ ਵਾ, ਬਹੁਤ ਚੰਗਾ ਸੁਝਾਅ ਆ। ਸ਼ਾਇਦ ਦੇਖਦੇ ਹਾਂ ਇੱਥੇ ਇਹ ਚੀਜ਼ ਹੋ ਸਕੂਗੀ ਜਾਂ ਨਹੀਂ ਹੋ ਸਕੂਗੀ। ਬਹੁਤ ਚੰਗੇ ਵਿਚਾਰ ਆਏ ਆ, ਚੰਗੀ ਡਿਸਕਸ਼ਨ ਹੋਈ ਆ, ਪਰ ਹੁਣ ਸਮਾਂ ਖਤਮ ਹੋ ਰਿਹਾ, ਸੋ ਅੱਜ ਇੰਨਾ ਹੀ। ਹੁਣ ਕੱਲ੍ਹ ਮਿਲਾਂਗੇ, ਕੱਲ੍ਹ ਆਪਾਂ ਗੱਲ ਕਰਾਂਗੇ ਅਕਾਲੀ ਭਾਜਪਾ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ CPS ਦੀ, ਮੁੱਖ ਪਾਰਲੀਮਾਨੀ ਸਕੱਤਰਾਂ ਦੀ, ਕੀ ਸਰਕਾਰ ਦੇ ਆਖਰੀ ਦਿਨਾਂ 'ਚ ਇਹਨਾਂ ਦੀ ਨਿਯੁਕਤੀ, ਨਵੇਂ CPS ਦੀ ਨਿਯੁਕਤੀ ਦਾ ਕੋਈ ਲਾਭ ਹੈ, ਇਹ ਮਸਲੇ ਦੇ ਉੱਤੇ ਆਪਾਂ ਕੱਲ੍ਹ ਡਿਸਕਸ਼ਨ ਕਰਾਂਗੇ। ਅੱਜ ਇੰਨਾ ਹੀ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।